ਤਾਂ ਜਦੋਂ ਅਸੀਂ ਤੁਹਾਡੀ ਵੀਡੀਓ ਪਾਉਂਦੇ ਹਾਂ ਨਾ ਤਾਂ ਲੋਕ ਕਈ ਵਾਰ ਥੱਲੇ ਕਮੈਂਟ ਕਰਦੇ ਆ ਕਿ ਫੁਕਰੀ ਮਾਰਦਾ ਇੱਦਾਂ ਬੋਲਦਾ ਜਾਣ ਕੇ ਡਰਾਮੇ, ਯੋਗਰਾਜ ਸਿੰਘ ਫਲਾਣਾ, ਯੋਗਰਾਜ ਸਿੰਘ ਧਮਕਾਉਣਾ, ਕੁੱਤੇ ਬਿੱਲਾਂ ਦੀ ਪਰਵਾਹ ਨਹੀਂ ਕਰੀਦੀ। ਹਾਂਜੀ, ਤੁਸੀਂ ਕਿਹਾ ਯੋਗਰਾਜ ਸਿੰਘ ਨੂੰ ਮੈਂ ਗਾਲਾਂ ਕੱਢਤੀਆਂ, ਮਾਂ ਭੈਣੇ ਕਰਤੀ, ਮੈਂ ਲੁੱਟ ਲਿਆ ਉਹਨੂੰ, ਹੇਰਾ ਫੇਰੀ ਕਰਤੀ, ਬਹੁਤ ਲੋਕਾਂ ਨੇ ਮੇਰੇ ਨਾਲ ਕੀਤੀ, ਜਾਇਦਾਦਾਂ ਯੇ ਵੋ ਪੈਸਾ, ਮੇਰੇ ਆਪਣੇ ਦੋਸਤ, ਆਪਣੇ ਰਿਸ਼ਤੇਦਾਰ, ਆਪਣੇ ਸਾਰੇ, ਪਰ ਮੈਂ ਹਰੇਕ ਨੂੰ ਕਿਹਾ ਰਿਹਾ ਹਾਂ ਜਿਉਂਦਾ ਵੱਸਦਾ ਰਿਹਾ, ਸ਼ਾਇਦ ਤੇਰੇ ਹਿੱਸੇ ਦਾ ਸੀ ਤੂੰ ਲੈ ਗਿਆ। ਮੈਂ ਇਹ ਸਮਝਦਾ ਕਿ ਜ਼ਿੰਦਗੀ ਦੇ ਵਿੱਚ ਜਦ ਤੱਕ ਤੁਹਾਡੇ ਨਿੰਦਕ ਨਹੀਂ ਤੁਹਾਨੂੰ ਜੀਣ ਦਾ ਮਜ਼ਾ ਨਹੀਂ, ਲੇਕਿਨ ਤੁਸੀਂ ਰਿਐਕਟ ਨਹੀਂ ਕਰਨਾ। ਮੈਂ ਅੱਜ ਤੱਕ ਵੀ ਕਦੇ ਰਿਐਕਟ ਨਹੀਂ ਕੀਤਾ। ਅੱਜ ਵੀ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਕਿੰਨੇ ਸਾਰੇ ਘਰ ਇੱਦਾਂ ਦੇ ਹੋਣਗੇ ਉਹ ਭਾਅ ਜੀ ਜਿੱਥੇ ਲਗਾਤਾਰ ਜੇ ਦੂਜੇ ਤੋਂ ਬਾਅਦ ਤੀਜੀ ਕੁੜੀ ਪੈਦਾ ਹੋ ਜਾਵੇ ਨਾ ਤਾਂ ਕਹਿੰਦੇ ਆ ਯਾਰ ਬੇਸ਼ੱਕ ਹਸਬੈਂਡ ਕਵੇ ਨਾ ਕਵੇ ਸੱਸਾਂ ਕਹਿਣ ਲੱਗ ਜਾਂਦੀਆਂ ਨੇ। ਇਹ ਚੀਜ਼ਾਂ ਸਾਡੇ ਵੱਡ ਵਡੇਰਿਆਂ ਤੋਂ ਆਈਆਂ ਨੇ ਕਿ ਔਰਤ ਦੇ ਮੈਂਸਿਸ ਆਏ ਹੁਣ ਪਰ ਰੋਟੀ ਨਹੀਂ ਬਣਾ ਸਕਦੀ, ਔਰਤ ਦੇ ਮੈਂਸਿਸ ਆਏ ਹੁਣ ਸਾਊਥ ਦੇ ਵਿੱਚ ਅਜੇ ਵੀ ਉਹ ਕਿਚਨ 'ਚ ਨਹੀਂ ਜਾ ਸਕਦੀ। ਪੜ੍ਹੋ ਹਿੰਦੁਸਤਾਨ ਦਾ ਇਤਿਹਾਸ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਔਰਤ ਦੀ ਕੀ ਦੁਰਦਸ਼ਾ ਸੀ, ਕੀ ਸਿਖਾਇਆ ਕਿ ਜਿਹੜੀ ਸਾਲੀ ਅੱਧੀ ਘਰ ਵਾਲੀ ਫਿੱਟੇ ਮੂੰਹ ਇਹੋ ਜਿਹੀ ਜ਼ਿੰਦਗੀ ਦੇ, ਜਿਸ ਘਰ ਦੀ ਔਰਤ ਨਾਲ ਵਿਆਹ ਕਰੀਏ ਉਹਦੀਆਂ ਕੁੜੀਆਂ ਉਹ ਤੁਹਾਡੀਆਂ ਬੇਟੀਆਂ, ਉਹਨਾਂ ਦੇ ਬੱਚੇ ਤੁਹਾਡੇ ਬੱਚੇ, ਉਹਦੀ ਮਾਂ ਤੁਹਾਡੀ ਮਾਂ, ਉਹਦਾ ਪਿਓ ਉਹਦਾ ਪਿਓ। ਕਿਹੜੀ ਚੀਜ਼ ਤੁਹਾਡੀ ਜ਼ਿੰਦਗੀ 'ਚ ਹੋਈ ਪਰਸਨਲੀ ਜਿਹਨੇ ਤੁਹਾਨੂੰ ਬਹੁਤ ਧੱਕਾ ਦਿੱਤਾ? ਕੋਈ ਐਸਾ ਸ਼ਖਸ ਨਹੀਂ ਇਸ ਦੁਨੀਆ 'ਚ ਜਿਹਨੇ ਮੇਰੀ ਪਿੱਠ 'ਚ ਛੁਰਾ ਨਹੀਂ ਮਾਰਿਆ, ਕੋਈ ਐਸਾ ਸ਼ਖਸ ਨਹੀਂ ਜ਼ਿੰਦਗੀ 'ਚ, ਭਾਵਾਂ ਰਿਸ਼ਤੇਦਾਰ ਹੈ, ਭਾਵਾਂ ਦੋਸਤ ਹੈ, ਭਾਵਾਂ ਸੱਜਣ ਹੈ, ਮੀਤ ਹੈ, ਮੇਰੇ ਬਣ ਕੇ ਮੇਰਾ ਲੱਖਾਂ ਅਰਬਾਂ ਕਰੋੜਾਂ ਦਾ ਨੁਕਸਾਨ ਕੀਤਾ ਹੋਵੇ, ਮੇਰੇ ਉਹ ਭਾਈ ਯਾਰ ਬਣ ਕੇ, ਦੋਸਤ ਬਣ ਕੇ ਕਿਸੇ ਨੇ ਕਸਰ ਨਹੀਂ ਛੱਡੀ ਵੀ ਯੋਗਰਾਜ ਸਿੰਘ ਮਾਰ ਗਿਆ। ਯਕੀਨ ਕਰੇ ਮੈਂ ਸੜਕ 'ਤੇ ਵੀ ਸੁੱਤਾ ਰਿਹਾ, ਇੱਕ ਦਿਨ ਇੱਕ ਟਾਈਮ ਐਸਾ ਆਇਆ ਜਾਂ ਮੇਰੀ ਜੇਬ 'ਚ 5 ਰੁਪਈਏ ਨਹੀਂ ਸੀ, ਮੇਰੇ ਐਰਾ ਆਪਦਾ ਮੁੰਡਾ ਵੀ ਛੱਡ ਕੇ ਚਲਾ ਗਿਆ ਜਿਹਦੇ ਵਿੱਚ ਮੈਂ ਆਪਣੀ ਜਾਨ ਦਿੱਤੀ। ਮੈਂ ਇੱਕ ਨਾ ਉਹ ਰਿਸ਼ਤਾ ਜਾਣਨਾ ਚਾਹੁੰਦਾ ਹਾਂ ਕਿ ਜਦੋਂ ਪਿਓ ਦੀ ਜ਼ਿੰਦਗੀ ਅੱਗੇ ਵੱਧ ਜਾਂਦੀ ਹੈ, ਤੁਸੀਂ ਜ਼ਿਕਰ ਕਰਦੇ ਹੋ ਸੈਕਿੰਡ ਮੈਰਿਜ ਦਾ, ਪਿਓ ਦੀ ਜ਼ਿੰਦਗੀ ਅੱਗੇ ਵੱਧ ਜਾਂਦੀ ਹੈ ਪਰ ਜਿਹੜੀ ਪੁਰਾਣੀ ਔਲਾਦ ਹੁੰਦੀ ਹੈ ਜਿਵੇਂ ਯੁਵਰਾਜ ਸਿੰਘ ਹੋਰੀ ਹੋ ਗਏ, ਹੈ ਨਾ, ਉਹਨਾਂ ਦੀ ਫੈਮਿਲੀ ਹੋ ਗਈ, ਉਹਨਾਂ ਦੀ ਵਾਈਫ ਹੋ ਗਈ, ਉਹਨਾਂ ਦੇ ਬੱਚੇ ਹੋ ਗਏ, ਉਹਨਾਂ ਨਾਲ ਯੋਗ ਜੀ ਦਾ ਅੱਜ ਦੇ ਸਮੇਂ ਦਾ ਰਿਸ਼ਤਾ ਕਿਵੇਂ ਦਾ? ਬਹੁਤ ਪਿਆਰ, ਰੱਜਵਾਂ ਪਿਆਰ, ਆਪਣੀ ਪਹਿਲੀ ਵਾਈਫ ਨਾਲ, ਦੂਜੀ ਵਾਈਫ ਨਾਲ, ਯੂਵੀ ਨਾਲ, ਵਿਕਟਰ ਨਾਲ, ਐਮੀ ਨਾਲ, ਜ਼ੋਰੇ ਨਾਲ, ਸਾਰਿਆਂ ਨਾਲ। ਆਪਣੇ ਬਾਪ ਨੂੰ ਬੜਾ ਪਿਆਰ ਕਰਦਾ ਪਰ ਉਹ ਕਰੇਗੀ, ਉਹਨੂੰ ਸਿਖਾਇਆ ਨੀ ਕਿਸੇ ਨੇ ਕਿ ਤੇਰਾ ਪਿਓ ਚੀਜ਼ ਕੀ ਹੈ, ਉਹਨੂੰ ਇਹੀ ਸਿਖਾਇਆ ਇਹਦੀ ਆਵਾਜ਼ ਉਹ ਤੋਂ ਡਰ ਲੱਗਦਾ, ਉਹ ਤਾਂ ਬੰਦਾ ਮਾਰ ਦਿੰਦਾ, ਇਹ ਤਾਂ ਫਲਾਨਾ, ਅਤੇ ਜਿਹਨੂੰ ਤੁਸੀਂ ਫੀਡ ਕਰੀ ਜਾਓ ਕਰੀ ਜਾਓ ਕਰੀ ਜਾਓ, ਤਾਂ ਬੜਾ ਮਾੜਾ ਹੈ। ਅਤੇ ਮੈਂ ਇੱਕ ਦਿਨ ਕਿਹਾ, ਸ਼ਾਇਦ ਤੁਸੀਂ ਸੁਣਿਆ ਵੀ ਵੀਡੀਓ 'ਚ, ਮੈਂ ਕਿਹਾ ਮੈਂ ਤਾਂ ਬਹੁਤ ਮਾੜਾ, ਮੈਂ ਤਾਂ ਭਾਈ ਪਾਪੀ ਹਾਂ, ਮੈਨੂੰ ਛੱਡ ਦਿਓ, ਸਤਿ ਸ਼੍ਰੀ ਅਕਾਲ। ਮੇਰੇ ਨਾਲ ਅੱਜ ਯੋਗਰਾਜ ਸਿੰਘ ਜੀ ਮੌਜੂਦ ਨੇ। ਸਪੈਸ਼ਲੀ ਮੈਨੂੰ ਖੁਸ਼ੀ ਜ਼ਿਆਦਾ ਇਸ ਚੀਜ਼ ਦੀ ਹੁੰਦੀ ਹੈ ਕਿ ਇਸ ਉਮਰ ਦੇ ਵਿੱਚ ਇੰਨਾ ਜਜ਼ਬਾ ਇਹਨਾਂ ਦੇ ਵਿੱਚ ਦੇਖਣ ਨੂੰ ਜਿਹੜਾ ਮਿਲਦਾ, ਇੰਨਾ ਪੈਸ਼ਨੇਟ ਜਿਹੜਾ ਆਪਣੇ ਕੰਮ ਨੂੰ ਲੈ ਕੇ ਹੈਗੇ ਆ, ਇੰਨੀ ਡੈਡੀਕੇਸ਼ਨ, ਇੰਨੀ ਫੁਰਤੀ ਦੇ ਨਾਲ ਜਿਸ ਤਰੀਕੇ ਨਾਲ ਕੰਮ ਕਰਦੇ, ਜਿਸ ਤਰੀਕੇ ਨਾਲ ਗੱਲਾਂ ਕਰਦੇ ਆ, ਮੇਰੇ ਖਿਆਲ ਤੋਂ ਹਰ ਇੱਕ ਯੰਗਸਟਰ, ਹਰ ਇੱਕ ਯੂਨੋ ਜਿਹੜਾ ਵੀ ਇਸ ਟਾਈਮ ਯੂਨੋ ਜਵਾਨ ਮੁੰਡਾ ਹੋਵੇ ਜਾਂ ਕੋਈ ਵੀ ਹੋਵੇ, ਉਹ ਬਹੁਤ ਕੁਝ ਸਿੱਖਦਾ। ਤਾਂ ਯੋਗ ਭਾਅ ਜੀ ਸਤਿ ਸ਼੍ਰੀ ਅਕਾਲ, ਇਹ ਕੰਪਲੀਮੈਂਟ ਪਹਿਲਾਂ ਤੁਹਾਡੇ ਹਿੱਸੇ ਆ। ਥੈਂਕ ਯੂ ਭਾਅ ਜੀ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਇੰਨੀ ਤਾਰੀਫ ਤੁਸੀਂ ਬੇਟਾ ਜੀ ਕੀਤੀ ਹੈ, ਮੈਂ ਤਾਂ ਯੋਗ ਤਾਂ ਹੈ ਨਹੀਂ, ਪਰ ਇੰਨਾ ਵੀ ਉਸ ਪਰਮਾਤਮਾ ਦੀ ਬੜੀ ਕਿਰਪਾ, ਉਹਦੀ ਬੜੀ ਰਹਿਮਤ ਹੈ ਵੀ ਲੋਕ ਇੰਨਾ ਪਿਆਰ ਕਰਦੇ, ਸਤਿਕਾਰ ਕਰਦੇ, ਅਤੇ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਦਾ ਬਈ ਮਹਾਰਾਜ ਮੈਨੂੰ ਨੀਵਾਂ ਰੱਖੇ। ਤੁਸੀਂ ਕਿਹਾ ਨਾ ਇੰਨੇ ਯੋਗ ਹੈ ਨਹੀਂ, ਤੁਸੀਂ ਇੰਨੇ ਯੋਗ ਹੈਗੇ ਹੋ ਤਾਂ ਹੀ ਦਿਲਾਂ 'ਤੇ ਰਾਜ ਕਰ ਰਹੇ ਹੋ, ਤਾਂ ਹੀ ਤੁਹਾਡਾ ਨਾਂ ਯੋਗ ਰਾਜ ਹੈ। ਹਾਂ ਜੀ, ਵਾਹ, ਬਸ ਉਹਦੀ ਕਿਰਪਾ ਹੀ ਹੈ, ਮੈਂ ਤਾਂ ਬੇਟਾ ਇਹੀ ਤੁਹਾਨੂੰ ਗੱਲ ਕਹਿਣੀ, ਉਹਦੀ ਰਹਿਮਤ ਹੈ, ਇੱਦਾਂ ਰੱਖੇ ਬਸ। ਹਾਂ ਯੋਗ ਭਾਈ, ਜਿਵੇਂ ਮੈਂ ਤੁਹਾਨੂੰ ਹੈ ਨਾ ਉਹਨੇ ਸਟਾਰਟਿੰਗ 'ਚ ਕਿਹਾ ਆ, ਬੇਬਾਕੀ ਨਾਲ ਬੋਲਣਾ, ਬੇਬਾਕ ਤਰੀਕੇ ਨਾਲ ਕਿਸੇ ਵੀ ਕੋਈ ਵੀ ਟੋਪਿਕ ਹੋਵੇ, ਲੋਕ ਡਰਦੇ ਨੇ ਅੱਜ ਦੇ ਸਮੇਂ 'ਚ ਕਿਸੇ ਵੀ ਗੱਲ 'ਤੇ ਇਹਨੂੰ ਬੋਲਣ 'ਤੇ, ਲੋਕ ਕਹਿੰਦੇ ਆ ਕਿ ਗੱਲ ਹੁੰਦੀ ਕੋਈ ਹੋਰ ਹੈ, ਬਣ ਕੋਈ ਹੋਰ ਜਾਂਦੀ ਹੈ। ਪਰ ਮੈਂ ਬਹੁਤ ਵਾਰੀ ਇਹ ਨੋਟਿਸ ਕੀਤਾ ਆ, ਕਿਉਂਕਿ ਬੜੀ ਜ਼ਿਆਦਾ ਵਾਰੀ ਵਿਚਰੇ ਹਾਂ ਇਹ 2-3 ਮਹੀਨੇ 'ਚ ਤੁਹਾਡੇ ਨਾਲ, ਕਿਉਂਕਿ ਫਿਲਮਾਂ ਤੁਹਾਡੀਆਂ ਬਹੁਤ ਆਈਆਂ ਨੇ ਇਸ ਸਮੇਂ ਦੇ ਦੌਰਾਨ, ਅਤੇ ਜਿੰਨੀ ਵਾਰੀ ਵਿਚਰੇ ਹਾਂ ਨਾ ਤਾਂ ਹਮੇਸ਼ਾ ਇੱਦਾਂ ਲੱਗਿਆ ਕਿ ਤੁਸੀਂ ਡਰਦੇ ਨਹੀਂ, ਤੁਹਾਡੇ ਅੰਦਰ ਇੱਕ ਜਿਹੜਾ ਬਾਕੀਆਂ ਕਲਾਕਾਰਾਂ ਦੇ ਮੋਸਟਲੀ ਇੰਡਸਟਰੀ ਦੇ ਅੰਦਰ ਡਰ ਹੁੰਦਾ, ਕਈਆਂ ਜਿਹੜੇ ਚਿਹਰੇ ਹੁੰਦੇ ਆ, ਨਾਮੀ ਚਿਹਰੇ ਹੁੰਦੇ ਆ, ਉਹ ਕਹਿੰਦੇ ਵੀ ਅਸੀਂ ਜਿਹੜੇ ਹਿਸਾਬ ਨਾਲ ਆਏ ਹਾਂ ਸਿਰਫ ਉਹਦੇ 'ਤੇ ਗੱਲ ਕਰਨੀ, ਅਸੀਂ ਹੋਰ ਕਿਸੇ ਮੁੱਦੇ 'ਤੇ ਗੱਲ ਨਹੀਂ ਕਰਨੀ। ਪਰ ਮੈਂ ਤੁਹਾਡੇ ਅੰਦਰ ਇਸ ਚੀਜ਼ ਦਾ ਖੌਫ, ਇਸ ਚੀਜ਼ ਦਾ ਡਰ ਨਹੀਂ ਦੇਖਿਆ ਕਿ ਕੱਲ੍ਹ ਨੂੰ ਕੀ ਹੋਊਗਾ, ਤੁਸੀਂ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ। ਬੇਟਾ ਗੱਲ ਇਹ ਹੈ ਕਿ ਮੈਨੂੰ ਜਿੰਨੀ ਕੁ ਸਮਝ ਹੈ ਮੈਂ ਤੁਹਾਡੇ ਨਾਲ ਗੱਲ ਕਰ ਸਕਦਾ, ਜਿਹੜਾ ਬੰਦਾ ਪਰਮਾਤਮਾ 'ਚ ਲੀਨ ਰਹਿੰਦਾ 24 ਘੰਟੇ, ਜਾਂ ਲਾ ਲਓ ਵੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਤਾਂ ਉਸ ਬੰਦੇ ਨੂੰ ਆਪਣੇ ਆਪ 'ਚ ਲੀਨ ਰੱਖਦਾ, ਵਾਹਿਗੁਰੂ ਤੂੰ ਹੀ, ਵਾਹਿਗੁਰੂ ਕਿਰਪਾ ਕਰੀ, ਜਾਗਦਿਆਂ ਉੱਠਦਿਆਂ ਸੌਂਦਿਆਂ ਮਿਹਰ ਕਰਿਓ, ਤੁਸੀਂ ਹੋ, ਮੈਨੂੰ ਕੁਛ ਨਹੀਂ ਆਉਂਦਾ ਜਾਂਦਾ। ਔਰ ਜਿਸ ਬੰਦੇ ਨੂੰ ਰੱਬ ਨੇ ਬਖਸ਼ਿਸ਼ ਕੀਤੀ ਹੈ ਕਿ ਮੈਨੂੰ ਤੁਹਾਡੇ 'ਚ ਰੱਬ ਦਿਖਦਾ, ਸਾਰਿਆਂ 'ਚ ਰੱਬ ਦਿਖਦਾ, ਔਰ ਮੈਂ ਦਿਲੋਂ ਬਹੁਤ ਪ੍ਰੇਮ ਕਰਦਾ, ਸ਼ਾਇਦ ਮੈਨੂੰ ਮਹਾਰਾਜ ਨੇ ਕੈਸੀ ਤੌਫੀਕ ਬਖਸ਼ੀ, ਉਹਦਾ ਸ਼ੁਕਰ ਹੈ ਕਿ ਮੈਨੂੰ ਸਾਰੇ ਸੰਸਾਰ ਐਂ ਲੱਗਦਾ ਵੀ ਇਹ ਮਹੀਓ ਤੁਰਿਆ ਫਿਰਦਾ। ਇਹ ਕੋਈ ਮੈਥੋਲੋਜੀ ਨਹੀਂ ਹੈ, ਇਹ ਕੋਈ ਸੋਚ ਨਹੀਂ ਹੈ, ਇਹ ਪ੍ਰੈਕਟੀਕਲੀ ਮੈਨੂੰ ਇੱਦਾਂ ਦਿਖਦਾ। ਔਰ ਸ਼ਾਇਦ ਮੇਰੀ ਪੈਦਾਇਸ਼ ਤੋਂ ਬਾਅਦ ਹੁਣ ਤੱਕ 70-72 ਸਾਲਾਂ ਦੇ ਵਿੱਚ ਮੇਰੇ ਮਾਤਾ ਜੀ ਨੇ ਜਦ ਰਾੜੇ ਵਾਲੇ ਸੰਤਾਂ ਮਹਾਰਾਜ ਤੋਂ ਮਹਾਂਪੁਰਸ਼ਾਂ ਤੋਂ ਮੰਗਿਆ ਸੀ, ਤਾਂ ਉਹਨਾਂ ਨੇ ਇੱਕੋ ਗੱਲ ਕਹੀ ਸੀ, ਕਹਿੰਦੇ ਮਾਤਾ ਜੀ ਹੋਰ ਤਾਂ ਸਭ ਠੀਕ ਹੈ, ਬਖਸ਼ਿਸ਼ ਕੋਈ ਇਹੋ ਜਿਹੀ ਮੈਂ ਤੁਹਾਨੂੰ ਇਨਸਾਨ ਦੀ ਕਰਨ ਲੱਗਿਆ, ਗੁਰੂ ਘਰ ਦਾ ਬੱਚਾ, ਸ਼ਹੀਦ ਸਿੰਘ ਹੈ ਔਰ ਛਤਰੀਏ ਪਰਿਵਾਰ ਤੋਂ ਹੈ, ਪਰ ਗੱਲ ਇਹ ਹੈ ਵੀ ਕੁਛ ਰੂਹ ਇਹੋ ਜਿਹੀ ਹੁੰਦੀ ਹੈ ਜਿਹੜੀਆਂ ਬਹੁਤ ਤੱਤੀਆਂ ਹੁੰਦੀਆਂ, ਉਹਨਾਂ 'ਚ ਗੱਲ ਕਰਨ ਦੇ ਠੋਕ ਕੇ ਕਰਦੇ, ਪਰ ਇੱਕ ਐਸੀ ਰੂਹ ਹੈ ਜਿਹੜਾ ਸ਼ਾਇਦ ਗੱਲ ਕਰਨ ਵੇਲੇ ਸੋਚਦਾ ਨਹੀਂ ਵੀ ਮੈਂ ਕੀ ਕਹਿਣਾ ਕੀ ਨਹੀਂ ਕਹਿਣਾ, ਕਿਉਂਕਿ ਉਹਦਾ ਇਹ ਯਕੀਨ ਹੈ ਕਿ ਉਹਦੇ ਵਿੱਚ ਰੱਬ ਬੋਲਦਾ। ਗੁਰਬਾਣੀ ਮਾਤਾ ਜੀ ਨੇ ਬਹੁਤ ਪੜ੍ਹਾਈ, ਸ਼ਹੀਦਾਂ ਸਿੰਘਾਂ ਦੀਆਂ ਗੱਲਾਂ ਸੁਣਾਈਆਂ, ਬੜੇ ਜਰਨੈਲਾਂ ਦੀਆਂ ਗੱਲਾਂ ਸੁਣਾਈਆਂ, ਸੋ ਜੋ ਜੋ ਤੁਸੀਂ ਸੰਸਕਾਰਿਕ ਰੂਪ 'ਚ ਆਪਣੀ ਮਾਂ ਦੇ ਢਿੱਠ 'ਚੋਂ ਪੇਟ 'ਚੋਂ ਜਾਂ ਬਾਹਰ ਸੁਣਦੇ ਹੋ ਬਾਹਰ ਆ ਕੇ, ਤਾਂ ਉਹ ਸਾਰੀਆਂ ਚੀਜ਼ਾਂ ਸ਼ਾਇਦ ਇੱਦਾਂ ਡਿਵੈਲਪ ਹੋ ਗਈਆਂ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਨਾ ਇਹ ਪਤਾ ਨਹੀਂ ਲੱਗਿਆ ਕਿਸੇ ਨਾਲ ਕਿਵੇਂ ਗੱਲ ਕਰਨੀ ਹੈ, ਵੀ ਮੈਂ ਕਿਸੇ ਨਾਲ ਕਿੱਦਾਂ ਟੋਪੀ ਘੁਮਾਉਂਦੇ, ਕਿੱਦਾਂ ਗੱਲ ਕਰਦੇ, ਤੁਹਾਨੂੰ ਇੱਥੇ ਇੰਟਰਪਟ ਕਰ ਰਿਹਾ ਤੁਹਾਡੇ ਨਾਲ ਨਾ, ਕਿਉਂਕਿ ਕਾਫੀ ਸਾਰੀ ਚੀਜ਼ਾਂ ਤੁਹਾਡੀ ਕਲਿਪਸ ਵਾਇਰਲ ਹੁੰਦੀਆਂ ਨੇ ਸੋਸ਼ਲ ਮੀਡੀਆ 'ਤੇ, ਭਾਵੇਂ ਫੇਸਬੁੱਕ ਹੋਵੇ, ਇੰਸਟਾਗ੍ਰਾਮ ਹੋਵੇ, ਇੱਕ ਇੱਕ ਰੀਅਲ ਗੱਲ ਆ, ਫੀਲ ਨਾ ਕਰਿਓ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਤੁਹਾਡੇ ਸਾਹਮਣੇ ਹਰ ਗੱਲ ਰੱਖਾਂ, ਤਾਂ ਜਦੋਂ ਅਸੀਂ ਤੁਹਾਡੀ ਵੀਡੀਓ ਪਾਉਂਦੇ ਹਾਂ ਨਾ, ਤਾਂ ਜਦੋਂ ਕਹਿੰਦੇ ਹਾਂ ਹੈ ਨਾ ਵੀ ਯੋਗਰਾਜ ਸਿੰਘ ਨੇ ਇਹ ਚੀਜ਼ ਕਹੀ ਹੈ ਨਾ, ਜਾਂ ਜਿਵੇਂ ਕਿਸੇ ਮੁੱਦੇ 'ਤੇ ਅਸੀਂ ਬੋਲ ਦਈਏ, ਤਾਂ ਲੋਕ ਕਈ ਵਾਰ ਥੱਲੇ ਕਮੈਂਟ ਕਰਦੇ ਆ ਕਿ ਚੰਗਾ ਤਾਂ ਨਹੀਂ ਲੱਗਦਾ ਸਾਨੂੰ ਵੀ ਦੇਖਣਾ, ਕਹਿੰਦੇ ਵੀ ਨਹੀਂ ਫੁਕਰੀ ਮਾਰਦਾ ਜਾਂ ਇੱਦਾਂ ਬੋਲਦਾ, ਜਾਣ ਕੇ ਡਰਾਮੇ
ਹਰ ਮੁੱਦੇ ਦੇ ਬੋਲਣ ਦੀ ਲੋੜ ਹੈ, ਇਹ ਕਰਨ ਦੀ ਲੋੜ ਹੈ, ਯੋਗਰਾਜ ਸਿੰਘ ਫਲਾਣਾ, ਯੋਗਰਾਜ ਸਿੰਘ ਧਮਕਾਣਾ, ਤੁਸੀਂ ਇਹ ਚੀਜ਼ ਆਪ ਦੇਖੀ ਕਦੇ ਨੋਟਿਸ ਕੀਤੇ ਯੋਗ ਭਾਅ ਜੀ? ਮੈਂ ਤੁਹਾਨੂੰ ਗੱਲ ਸੁਣਾ ਦਿੰਦਾ, ਹਾਂਜੀ, ਬਾਕੀ ਛੱਡੋ, ਹਾਂਜੀ, ਕੁੱਤਿਆਂ ਬਿੱਲਾਂ ਦੀ ਪਰਵਾਹ ਨਹੀਂ ਕਰੀਦੀ। ਹਾਂਜੀ, ਗੁਰੂ ਨਾਨਕ ਦੇਵ ਜੀ ਬੈਠੇ ਸੀ, ਹਾਂਜੀ, ਮੈਂ ਗੱਲਾਂ ਕਿੱਥੋਂ ਸਿੱਖੀਆਂ? ਹਾਂਜੀ, ਆਹ ਚੀਜ਼ਾਂ ਤੋਂ। ਅਤੇ ਲੋਕ ਬੈਠੇ ਸੀ, ਗੱਲਾਂ ਕਰ ਰਹੇ ਸੀ, ਅਤੇ ਤਿੰਨ ਚਾਰ ਬੰਦੇ ਨਾ ਟਿੱਲੇ 'ਤੇ ਬੈਠੇ ਸੀ, ਓਏ ਬਤਾਲਾ, ਇਹ ਫਲਾਨਾ, ਓਏ ਝੂਠ ਮਾਰੀ ਜਾਂਦਾ, ਇਹ ਬਾਬੇ, ਉਹ ਝੂੰ ਗਾਲਾਂ ਕੱਢੀ ਜਾਂਦੇ ਸੀ। ਅਤੇ ਸੰਗਤ ਨੇ ਕਿਹਾ ਮਹਾਰਾਜ, ਕਹਿੰਦੇ ਨਹੀਂ, ਨਾ, ਜੋ ਕਰਦੇ ਕਰਨ ਦੇ। ਜਦੋਂ ਬੋਲ ਬਾਲ ਕੇ ਹਟ ਗਏ, ਕੁੱਤੇ ਭੌਂਕ ਕੇ ਨਾ ਫਿਰ ਹਟ ਜਾਂਦੇ ਹੁੰਦੇ, ਉਹਨਾਂ ਨੇ ਕੈਦ ਕਰੋ, ਰੋਟੀ ਚੱਕੋ, ਖਾਣਾ ਚੱਕੋ, ਫਰੂਟ ਚੱਕੋ, ਜੋ ਪਿਆ ਜਾ ਕੇ ਉਹਨਾਂ ਨੂੰ ਖਵਾ ਕੇ ਆਓ। ਬਹੁਤ ਬੋਲ ਬੋਲ ਕੇ ਥੱਕ ਗਏ, ਪਾਣੀ ਵੀ ਪਿਆ। ਉਹਨਾਂ ਨੇ ਕਿਹਾ ਜੀ, ਇਹ ਮਹਾਰਾਜ ਨੇ ਤੁਹਾਡੇ ਵਾਸਤੇ ਭੇਜਿਆ, ਅਤੇ ਤੁਸੀਂ ਖਾਣਾ ਖਾਓ ਅਤੇ ਪਾਣੀ ਪੀਓ। ਅਤੇ ਉਹਨੂੰ ਬੜੀ ਸ਼ਰਮ ਆਈ, ਆਹ ਕੀ ਹੋਇਆ, ਅਸੀਂ ਤਾਂ ਇੰਨਾ ਕੁਛ ਕਿਹਾ। ਉਹ ਜੀ ਉੱਠ ਕੇ ਉੱਥੇ ਗੁਰੂ ਮਹਾਰਾਜ ਕੋਲ ਆ ਗਏ, ਕਹਿੰਦੇ ਮਹਾਰਾਜ ਸਾਨੂੰ ਮਾਫ਼ ਕਰ ਦਿਓ। ਕਹਿੰਦੇ ਨਹੀਂ ਨਹੀਂ, ਮਾਫ਼ ਵਾਲੀ ਕੋਈ ਗੱਲ ਨਹੀਂ, ਤੁਹਾਨੂੰ ਰੱਬ ਨੇ ਕੰਮ ਲਾਇਆ, ਨਿੰਦਕ ਮੈਨੂੰ ਬਹੁਤ ਪਿਆਰਾ। ਗੁਰੂ ਨਾਨਕ ਦੇਵ ਜੀ ਕਹਿੰਦੇ, ਜਿਹੜੀ ਮੇਰੀ ਨਿੰਦਿਆ ਕਰਦਾ ਉਹ ਮੈਨੂੰ ਬੜਾ ਪਿਆਰਾ, ਔਰ ਨਿੰਦਕ ਜਿਹੜਾ ਹੈ ਉਹਦੀ ਮੈਂ ਖੈਰ ਮੰਗਦਾ ਰੱਬ ਤੋਂ ਕਿ ਮਹਾਰਾਜ ਇਹਦੀ ਲੰਬੀ ਉਮਰ ਕਰੀ। ਇਸ ਕਰਕੇ ਕਿ ਜਦ ਤੱਕ ਤੂੰ ਮੇਰੀ ਨਿੰਦਿਆ ਕਰਦਾ ਰਹੇਗਾ, ਮੇਰੇ ਪਾਪ ਧੋਂਦਾ ਰਹੇਗਾ, ਅਖੀਰ 'ਚ ਮੈਂ ਤਰ ਜਾਣਾ, ਤਾਂ ਡੁੱਬ ਜਾਣਾ। ਹੁਣ ਇਹ ਵੀ ਸ਼ਿਕਸ਼ਾ ਗੁਰੂਆਂ ਤੋਂ ਮਿਲੀ ਹੈ। ਮੈਂ ਇਹ ਸਮਝਦਾ ਕਿ ਜ਼ਿੰਦਗੀ ਦੇ ਵਿੱਚ ਜਦ ਤੱਕ ਤੁਹਾਡੇ ਨਿੰਦਕ ਨਹੀਂ, ਤੁਹਾਨੂੰ ਜੀਣ ਦਾ ਮਜ਼ਾ ਨਹੀਂ, ਲੇਕਿਨ ਤੁਸੀਂ ਰਿਐਕਟ ਨਹੀਂ ਕਰਨਾ। ਮੈਂ ਅੱਜ ਤੱਕ ਵੀ ਕਦੇ ਰਿਐਕਟ ਨਹੀਂ ਕੀਤਾ, ਇਹ ਚੀਜ਼ ਮੈਂ ਦੇਖ ਕੇ ਹੈਰਾਨ। ਨਾ ਹੀ ਕਦੇ ਨੂੰ ਮੈਂ ਕਿਸੇ ਨੂੰ ਕਿਹਾ ਕਿ ਤੂੰ ਚੰਗਾ ਮਾੜਾ, ਨਾ ਹੀ ਮੈਂ ਉਹਨੂੰ ਕੁਛ ਕਹਿੰਦਾ, ਹਾਲਾਂਕਿ ਮੈਂ ਪੜ੍ਹਦਾ ਸਾਰਾ ਕੁਛ ਹੀ ਹੈ, ਫਿਰ ਮੈਨੂੰ ਬੜਾ ਚੰਗਾ ਲੱਗਦਾ। ਪਰ ਪਤਾ ਮੈਂ ਕੀ ਕਹਿੰਦਾ, ਜਿਉਂਦਾ ਵੱਸਦਾ ਰਹੇ ਮਹਾਰਾਜ ਤੈਨੂੰ ਭਾਗ ਲਾਵੇ, ਤਾਂ ਹੀ ਰੱਬ ਤੁਹਾਨੂੰ ਜਾ ਦਿੰਦਾ। ਜਦ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਨਾ ਕਿ ਰੱਬ ਤੈਨੂੰ ਭਾਗ ਲਾਵੇ, ਮਹਾਰਾਜ ਤੈਨੂੰ ਤਰੱਕੀਆਂ ਬਖਸ਼ੇ, ਉਹ ਖੁਦਾ ਬੈਠਾ ਇੰਨਾ ਖੁਸ਼ ਹੁੰਦਾ, ਇੰਨਾ ਖੁਸ਼ ਹੁੰਦਾ ਕਿ ਉਹ ਕਹਿੰਦਾ, ਲੈ ਵੀ ਇਹਦੇ 'ਤੇ ਮੇਰਾ ਥਾਪੜਾ, ਇਹਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਕਦੇ ਵੀ ਜ਼ਿੰਦਗੀ ਦੇ ਵਿੱਚ ਤੁਹਾਡਾ ਕੋਈ ਦੁਸ਼ਮਣ ਹੈ, ਤੁਹਾਡਾ ਕਿਸੇ ਨੇ ਬਹੁਤ ਮਾੜਾ ਕੀਤਾ, ਮੈਂ ਪ੍ਰੈਕਟੀਕਲ ਗੱਲਾਂ ਕਰਕੇ ਦੇਖੀਆਂ ਨੇ, ਮੈਂ ਕੋਈ ਪੜ੍ਹਦਾ ਨਹੀਂ, ਕਿ ਤੁਸੀਂ ਮੇਰਾ ਮਾੜਾ ਕਰ ਗਏ, ਤੁਸੀਂ ਕਿਹਾ ਯੋਗਰਾਜ ਸਿੰਘ ਨੂੰ ਮੈਂ ਗਾਲਾਂ ਕੱਢਤੀਆਂ, ਮਾਂ ਭੈਣੇ ਕਰਤੀ, ਮੈਂ ਲੁੱਟ ਲਿਆ ਉਹਨੂੰ, ਹੇਰਾਫੇਰੀ ਕਰਤੀ, ਬਹੁਤ ਲੋਕਾਂ ਨੇ ਮੇਰੇ ਨਾਲ ਕੀਤੀ, ਜਾਇਦਾਦਾਂ, ਯੇ ਵੋ, ਪੈਸਾ, ਮੇਰੇ ਆਪਣੇ ਦੋਸਤ, ਆਪਣੇ ਰਿਸ਼ਤੇਦਾਰ, ਆਪਣੇ ਸਾਰੇ। ਪਰ ਮੈਂ ਹਰੇਕ ਨੂੰ ਕਿਹਾ, ਮੈਂ ਯਾਰ ਜਿਉਂਦਾ ਵੱਸਦਾ ਰਹਿ, ਸ਼ਾਇਦ ਤੇਰੇ ਹਿੱਸੇ ਦਾ ਸੀ ਤੂੰ ਲੈ ਗਿਆ, ਸ਼ਾਇਦ ਮੈਂ ਤੇਰਾ ਦੇਣਾ ਸੀ, ਮੈਂ ਤੈਨੂੰ ਦੇਤਾ। ਅਤੇ ਉਹ ਲੋਕ ਮੈਂ ਦੇਖੇ ਨੇ, ਉਹਨਾਂ ਦੇ ਘਰਾਂ 'ਚ ਕਿਸੇ ਦਾ ਜਵਾਨ ਮੁੰਡਾ ਮਰ ਗਿਆ, ਕਿਸੇ ਦੀ ਧੀ ਭੱਜ ਗਈ, ਕੋਈ ਉੱਜੜ ਗਿਆ, ਉਹ ਰੋਂਦੇ ਨੇ। ਫਿਰ ਮੈਂ ਕਹਿੰਦਾ, ਕੋਈ ਗੱਲ ਨਹੀਂ, ਗੁਰੂ ਮਹਾਰਾਜ ਤੈਨੂੰ ਮਾਫ਼ ਕਰੇ, ਮੇਰੀ ਇੰਨੀ ਕਹਾਣੀ। ਯੋਗ ਭਾਈ ਦੀ ਜ਼ਿੰਦਗੀ 'ਚ ਵੈਸੇ ਤਾਂ ਕਿੱਸੇ ਤਾਂ ਬਹੁਤ ਸਾਰੇ ਹੁੰਦੇ ਆ ਭਾਅ ਜੀ, ਪਰ ਤੁਹਾਡੀ ਜ਼ਿੰਦਗੀ 'ਚ ਇੱਦਾਂ ਦਾ ਕਿਹੜੀ ਚੀਜ਼ ਤੁਹਾਡੀ ਜ਼ਿੰਦਗੀ 'ਚ ਹੋਈ ਪਰਸਨਲੀ, ਜਿਹਨੇ ਤੁਹਾਨੂੰ ਬਹੁਤ ਧੱਕਾ ਦਿੱਤਾ, ਜਿਹੜੀ ਤੁਹਾਨੂੰ ਇੱਦਾਂ ਫੀਲ ਕਰਾਇਆ, ਜਿਹੜੀ ਚੀਜ਼ ਨੇ ਕਿ ਇਹ ਇਹ ਗਲਤ ਹੋਇਆ, ਇਹ ਨਹੀਂ ਹੋਣਾ ਚਾਹੀਦਾ, ਇਹਦੇ ਨਾਲ ਮੇਰਾ ਦਿਲ ਦੁਖਿਆ, ਜਾਂ ਕੋਈ ਕੋਈ ਵੀ ਚੀਜ਼ ਇੱਦਾਂ ਦੀ ਚੀਜ਼ ਕਿਸੇ ਆਪਣੇ ਪਰਿਵਾਰ ਵੱਲੋਂ, ਯਾਰ ਮਿੱਤਰ ਵੱਲੋਂ, ਕੋਈ ਘਰ ਵੱਲੋਂ, ਜਾਂ ਕਿਤੇ ਵੀ ਕਿਤੋਂ ਵੀ ਕੋਈ ਯੋਗ ਦੀ ਜ਼ਿੰਦਗੀ 'ਚ ਇੱਦਾਂ ਕੋਈ ਕਿੱਸਾ ਆਇਆ ਭਾਈ? ਮੇਰੇ ਪਿਤਾ ਜੀ ਗਏ ਅਤੇ ਮਾਤਾ ਜੀ ਮੇਰੇ ਨਾਲ ਰਹੇ 10 ਸਾਲ, ਅਤੇ ਮੇਰਾ ਸਕਾ ਮਾਮਾ, ਉਹਨੇ ਜ਼ਮੀਨ ਦੱਬਲੀ, ਕਹਿੰਦਾ ਭਾਈ ਮੇਰਾ ਹਿੱਸਾ ਇੱਦਾਂ ਮੈਨੂੰ ਦਿਓ। ਮੇਰੀ ਮਾਂ ਕਹਿੰਦੀ ਉੜਾ ਗਏ,
ਇਹਨੂੰ ਇਹ ਨਾ ਹੋਵੇ ਕਿ ਮੇਰੇ ਸਿਰ 'ਤੇ ਮੇਰਾ ਸਾਈਂ ਹੈ ਨਹੀਂ ਅਤੇ ਪੁੱਤ ਮੇਰਾ ਜਵਾਨ ਹੈ। ਮੈਂ ਨਹੀਂ ਮਾਤ ਇਹਨੂੰ ਦੇ ਦੇ ਅਤੇ ਮੇਰੇ ਕਹੇ 'ਤੇ ਗੱਲ ਕਰ ਜਾਂ ਮਹਾਰਾਜ ਤੇਰੀ ਭਲੀ ਕਰੇ। ਮਾਂ ਕਹਿੰਦੀ ਤੂੰ ਪੁੱਤ ਕਿਸ ਤਰ੍ਹਾਂ ਦਾ? ਮੈਂ ਮੇਰੀ ਮਾਂ ਨੇ ਗੱਲ ਕਹਿਤੀ ਕਰਤੀ ਜਾਂ ਮਕੰਦ ਸਿਆਂ ਮਕੰਦੀ ਨਾਂ ਸੀ ਜਾ ਕਾਕਾ ਜੀ 5 ਸਾਲਾਂ ਦੇ ਵਿੱਚ ਐਕਸੀਡੈਂਟ ਹੋਇਆ, 4 ਬੱਚੇ ਮਰ ਗਏ, ਜਨਾਨੀ ਅਧਰੰਗ ਹੋ ਗਿਆ ਅਤੇ ਸਾਰੀ ਜਾਇਦਾਦ ਕੁਰਕੀ ਹੋ ਗਈ। ਭੀਖ ਮੰਗਦਾ ਅੱਡੇ 'ਤੇ ਮੈਂ ਦੇਖਿਆ। ਇਸ ਤਰ੍ਹਾਂ ਦੇ ਹਜ਼ਾਰਾਂ ਕਿੱਸੇ ਜ਼ਿੰਦਗੀ 'ਚ ਮੇਰੇ ਹੋਏ। ਕੋਈ ਐਸਾ ਸ਼ਖਸ ਨਹੀਂ ਇਸ ਦੁਨੀਆ 'ਚ ਜਿਹਨੇ ਮੇਰੀ ਪਿੱਠ 'ਚ ਛੁਰਾ ਨਹੀਂ ਮਾਰਿਆ। ਕੋਈ ਐਸਾ ਸ਼ਖਸ ਨਹੀਂ ਜ਼ਿੰਦਗੀ 'ਚ, ਭਾਵਾਂ ਰਿਸ਼ਤੇਦਾਰ ਹੈ, ਭਾਵਾਂ ਦੋਸਤ ਹੈ, ਭਾਵਾਂ ਸੱਜਣ ਹੈ, ਮੀਤ ਹੈ, ਮੇਰੇ ਬਣ ਕੇ ਮੇਰਾ ਲੱਖਾਂ ਅਰਬਾਂ ਕਰੋੜਾਂ ਦਾ ਨੁਕਸਾਨ ਕੀਤਾ ਹੋਊ। ਆਰ ਰੂਬੀ ਗਿੱਲ ਅਰਗੇ, ਵਿਨੋਦ ਸ਼ਰਮੇ ਅਰਗੇ, ਹਜ਼ਾਰਾਂ ਦੀ ਲਿਸਟ ਮੈਂ ਤੁਹਾਨੂੰ ਦੇ ਸਕਦਾ। ਮੇਰੇ ਰਿਸ਼ਤੇਦਾਰ, ਮੇਰੇ ਕਨੇਚ ਦੇ ਸ਼ਰੀਕ ਪਿੰਡ ਵਾਲੇ, ਮੇਰੇ ਉਹ ਭਾਈ ਯਾਰ ਬਣ ਕੇ, ਦੋਸਤ ਬਣ ਕੇ, ਕਿਸੇ ਨੇ ਕਸਰ ਨਹੀਂ ਛੱਡੀ ਵੀ ਯੋਗਰਾਜ ਸਿੰਘ ਮਾਰ ਹੀ ਦੇਣਾ। ਪੁਲਿਸ ਨੂੰ ਸੁਣੀ ਜਾਓ, ਹੁਣ ਪੁਲਿਸ ਨੂੰ ਕਿਹਾ, ਸਭ ਕੁਛ ਕੀਤਾ, ਸਭ ਕੁਛ ਹੋਇਆ, ਯਕੀਨ ਕਰਿਓ। ਮੈਂ ਸੜਕ 'ਤੇ ਵੀ ਸੁੱਤਾ ਰਿਹਾ ਇੱਕ ਦਿਨ, ਇੱਕ ਟਾਈਮ ਐਸਾ ਆਇਆ ਜੀ ਮੇਰੀ ਜੇਬ 'ਚ 5 ਰੁਪਏ ਨਹੀਂ ਸੀ, ਮੇਰੇ ਐਰਾ ਆਪਦਾ ਮੁੰਡਾ ਵੀ ਛੱਡ ਕੇ ਚਲਾ ਗਿਆ ਜਿਹਦੇ ਵਿੱਚ ਮੈਂ ਆਪਣੀ ਜਾਨ ਦਿੱਤੀ। ਲੇਕਿਨ ਹੁਣ ਤੁਸੀਂ ਗੱਲ ਛੇੜੀ ਹੈ, ਮੇਰੀ ਔਰਤ ਵੀ ਚਲੀ ਗਈ, ਮੇਰਾ ਛੋਟਾ ਮੁੰਡਾ ਵੀ ਚਲਾ ਗਿਆ, ਮੇਰੀ ਮਾਂ ਵੀ ਚਲੀ ਗਈ। ਮੇਰੀ ਦੁਰਦਸ਼ਾ ਉਹ ਹੋਈ ਜ਼ਿੰਦਗੀ 'ਚ ਕਿ ਮੈਂ ਇੱਕ ਟਿੱਲੇ 'ਤੇ ਜਾਵਾਂ, ਦੁੱਲੇ ਟਿੱਲੇ 'ਤੇ ਪਤਾ ਰੋਟੀ ਮਿਲਣੀ ਕਿ ਨਹੀਂ ਮਿਲਣੀ। ਲੇਕਿਨ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਤੂੰ ਜਾਣੇ, ਤੇਰਾ ਕੰਮ ਜਾਣੇ, ਇਹਨਾਂ ਨੂੰ ਕਹੀਂ ਕੁਛ ਨਾ, ਇਹਨਾਂ ਨੂੰ ਮਾਫ਼ ਕਰ ਦੇ, ਇਹਨਾਂ ਨੂੰ ਪਤਾ ਨਹੀਂ ਕੀ ਕਰ ਰਹੇ ਆ। ਜਿਸ ਟਾਈਮ ਮੇਰਾ ਸਾਥ ਦੇਣਾ ਸੀ, ਮੇਰੇ ਉਹ ਬੰਦੇ, ਇਹ ਬਾਇਓਗ੍ਰਾਫੀ ਮੈਂ ਲਿਖ ਰਿਹਾ, ਯੋਗਰਾਜ ਸਿੰਘ ਦ ਮੈਨ ਆਫ ਦੀ ਲੌਂਗੈਸਟ ਆਵਰ, ਜਿੱਦਣ ਬੁੱਕ ਛਪੂਗੀ ਯਾਰ, ਮਾਸਟਰ ਫਿਲਮ ਬਣੂਗੀ, ਇਹ ਮੈਂ ਕਰਕੇ ਜਾਣਾ, ਦੱਸ ਕੇ ਜਾਣਾ। ਲੇਕਿਨ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ। ਮੇਰਾ ਇੱਕ ਦੋਸਤ ਸੀ ਰੂਬੀ ਕਰਕੇ, ਜਿਹ 'ਤੇ ਮੈਂ ਰੱਬ ਵਰਗਾ ਯਕੀਨ ਕੀਤਾ। ਵਿਨੋਦ ਸ਼ਰਮੇ ਦਾ ਦੋਸਤ ਸੀਗਾ ਪਗਡਲੀ ਵਾਲੇ। ਹੁਣ ਗੱਲ ਛੇੜ ਲਈ, ਤੁਸੀਂ ਨਾ ਛੇੜਦੇ ਤਾਂ ਕਾਕਾ ਜੀ ਕੀ ਸੀ, ਹੁਣ ਛੇੜ ਹੀ ਲੈਣਾ। ਉਹਨੇ ਜੋ ਕੀਤਾ ਮੇਰੇ ਨਾਲ, ਮੇਰੀ ਪ੍ਰੋਪਰਟੀ, ਮੇਰਾ ਘਰ ਨਾ ਲਵਾ, ਮੇਰੇ 'ਤੇ ਕੇਸ ਚੱਲਦਾ ਸੀ, ਇਹ ਚੱਲਦਾ ਸੀ, ਬਹੁਤ ਕੁਛ ਹੋ ਰਿਹਾ ਸੀ। ਵੱਡਾ ਮੁੰਡਾ ਡਾਕਟਰ 28 ਸਾਲ ਦਾ ਸੁੱਤਾ ਹੀ ਰਹਿ ਗਿਆ। ਹਾਰਟ ਦਾ ਓਪਰੇਸ਼ਨ ਹੋਇਆ, 3 ਸਟੰਟ ਪਏ। ਫੋਨ ਕਰਦਾ ਕਿਸੇ ਡਿਫਰੈਂਟ ਨੰਬਰ ਤੋਂ, ਮੈਂ ਫੋਨ ਕੱਟ ਦਿੰਦਾ। ਮਾਫ਼ ਮੈਂ ਕਰਤੇ, ਪਰ ਮੈਂ ਆਪਣੇ ਦਿਲ 'ਚ ਮੁੜ ਕੇ ਕਦੇ ਨਹੀਂ ਵਸਾਏ। ਲੇਕਿਨ ਮੇਰੇ ਰੱਬ ਨੇ ਗੱਲ ਹੁਣ ਉੱਥੇ ਆ ਰਹੀ ਜਿੱਥੇ ਤੁਸੀਂ, ਜਿੱਦਣ ਕਿਤੇ ਜ਼ਿੰਦਗੀ ਦੇ ਵਿੱਚ ਕੋਈ ਐਸਾ ਵਕਤ ਆਇਆ ਤੁਹਾਨੂੰ, ਮੈਂ ਉਹ ਕਿਤਾਬਾਂ ਪੜ੍ਹਿਓ ਤੁਸੀਂ ਜਿਹੜੀਆਂ ਮੈਂ ਲਿਖ ਕੇ ਚੱਲਿਆ, ਤੁਸੀਂ ਕਹੋਗੇ ਜ਼ਿੰਦਗੀ 'ਚ ਯੋਗਰਾਜ ਸਿੰਘ ਜਿਉਂਦਾ ਕਿਵੇਂ ਫਿਰਦਾ। ਪਰ ਉਸ ਕਹਾਣੀ ਰੱਬ ਨੇ ਐਸੀ ਲਿਖੀ, ਥਾਪੜਾ ਦੇ ਕੇ ਰੱਖਿਆ। ਘਰੋਂ ਬੇਘਰ ਮੈਂ ਜੰਗਲਾਂ 'ਚ ਸੁੱਤਾ, ਗੱਡੀਆਂ 'ਚ ਸੁੱਤਾ, ਔਰ ਉਸ ਰੱਬ ਨੇ ਮੇਰੀ ਬਾਂਹ ਨਹੀਂ ਛੱਡੀ। ਬਾਬਾ ਦੀਪ ਸਿੰਘ ਜੀ ਨੇ ਮੇਰੀ ਬਾਂਹ ਨਹੀਂ ਛੱਡੀ, ਮੇਰੇ ਗੁਰੂਆਂ ਨੇ ਮੇਰੀ ਬਾਂਹ ਨਹੀਂ ਛੱਡੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੀ ਬਾਂਹ ਨਹੀਂ ਛੱਡੀ। ਬੇਟਾ ਤੂੰ ਮੇਰਾ ਪੁੱਤਾਂ ਵਰਗਾ, ਉਹ ਚਮਤਕਾਰ ਹੋਏ ਨੇ ਜ਼ਿੰਦਗੀ 'ਚ ਜਿਹੜੇ ਤੈਨੂੰ ਸੁਣਾ ਦਿਆ, ਤੂੰ ਜ਼ਾਰ ਜ਼ਾਰ ਰੋਣ ਲੱਗ ਜਾ ਹੁਣ। ਮੈਨੂੰ ਹਲੀ ਗੂਸ ਤੇਰੇ ਤੋਂ ਇੱਕ ਕਦਮ ਨਹੀਂ ਪੱਟਿਆ ਜਾਣਾ। ਮੇਰਾ ਬੇਟਾ ਵਿਕਟਰ ਸਿੰਘ ਕਹਾਣੀ ਲਿਖਦਾ, ਉਹਦੇ ਹੱਥੋਂ ਪੈੱਨ ਛੁੱਟ ਜਾਂਦਾ,
ਡੈਡ ਯਾਰ ਮੈਂ ਲਿਖਾਂ ਤਾਂ ਕੀ ਲਿਖਾਂ, ਮੈਂ ਕਿਹਾ ਲਿਖ ਤਾਂ ਸਹੀ, ਯੋਧਿਆਂ ਦੀਆਂ ਜਿਹੜੀਆਂ ਗਾਥਾ ਨੇ ਨਾ ਅਕਸਰ ਇਸ ਤਰ੍ਹਾਂ ਹੀ ਲਿਖੀਆਂ ਜਾਂਦੀਆਂ ਨੇ, ਬਟ ਆਲ ਸੈਟ ਐਂਡ ਡਨ ਉਹ ਸਾਰੇ ਅੱਜ ਕਿਤੇ ਨੇ, ਮੈਂ ਕਿੱਥੇ ਹਾਂ ਇਸ ਉਮਰ 'ਚ। ਉਹ ਪਰਮਾਤਮਾ ਮੇਰੇ 'ਤੇ ਇੰਨਾ ਦਿਆਲੂ ਹੈ ਕਿ ਜੋ ਮੰਗੇ ਠਾਕੁਰ ਆਪਣੇ ਸੋਈ 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 ਦੇਵੇ, ਜੈ ਜੈਕਾਰ। ਤੁਸੀਂ ਕਿਹਾ ਨਾ ਦਿਲਾਂ 'ਤੇ ਰਾਜ ਕਰਦੇ ਹੋ, ਤੁਸੀਂ ਲੋਕ ਮੇਰੇ ਨਾਲ ਮੁਹੱਬਤ ਕਰਦੇ ਹੋ, ਪਿਆਰ ਕਰਦੇ ਹੋ, ਸਾਰਾ ਸੰਸਾਰ ਪਿਆਰ ਕਰਦਾ, ਸਾਰੇ ਮੇਰੇ ਧੀਆਂ ਪੁੱਤਰ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ ਕਿ ਇਹਨਾਂ ਨੂੰ ਲੱਭਦੀ ਹੈ ਮਾਤਾ ਚਾਰਾਂ ਨੂੰ, ਆ ਸਾਰੇ ਬੈਠੇ ਤੇਰੇ ਪੁੱਤਰ ਨੂੰ ਦੇਖ ਤਾਂ ਸਹੀ। ਅੱਜ ਯੋਗਰਾਜ ਸਿੰਘ ਜਗਤ ਬਾਪੂ ਹੈ, ਆਸਟ੍ਰੇਲੀਆ ਤੋਂ ਲੈ ਕੇ ਕਨੇਡਾ ਤੋਂ ਲੈ ਕੇ ਦੁਨੀਆ ਦਿਖਦੇ ਉਹ ਬਾਪੂ ਜਾਂਦਾ, ਉਹ ਬਾਪੂ ਜਾਂਦਾ, ਉਹ ਬਾਪੂ। ਪਰ ਮੈਂ ਕਦੇ ਜ਼ਿੰਦਗੀ 'ਚ ਮਾੜਾ ਨਹੀਂ ਮੰਗਿਆ। ਜਿੱਦਣ ਪੁੱਤਰ ਮਾੜਾ ਮੰਗ ਲਏਗਾ ਨਾ ਕਿਸੇ ਦਾ, ਉੱਦਣ ਸਭ ਤੋਂ ਪਹਿਲਾਂ ਨੁਕਸਾਨ ਤੇਰਾ। ਉਹੀ ਲੋਕ ਮੁੜੇ ਆਏ, ਉਹੀ ਲੋਕ ਵਾਪਸ ਆ ਗਏ, ਉਹੀ ਆਸ਼ੀਆਂ ਦੁਬਾਰਾ ਬਣ ਗਿਆ, ਲੇਕਿਨ ਯੋਗਰਾਜ ਸਿੰਘ ਦਾ ਰੱਬ ਨੇ ਟਿੱਲਾ ਉੱਥੇ ਬਣਾਤਾ, ਉੱਥੇ ਚੁੱਪ ਕਰਕੇ ਬਹਿ ਜਾ, ਉੱਥੋਂ ਥੱਲੇ ਦੇਖੀ ਚੱਲ, ਇਹਨਾਂ ਨੂੰ ਕਹਿ ਜਿਉਂਦੇ ਵੱਸਦੇ ਹੋ। ਮੈਨੂੰ ਇੱਕ ਗੱਲ ਦੱਸਿਓ, ਤੁਹਾਡੀ ਇਸ ਗੱਲ ਨੂੰ ਮੈਂ ਕੰਟੀਨਿਊ ਕਰੂੰਗਾ, ਬਟ ਹੁਣੇ ਮੈਂ ਤੁਹਾਡੇ ਨਾਲ ਗੱਲ ਕਰਨ, ਮੇਰਾ ਦੂਜਾ ਸਵਾਲ ਮੇਰੇ ਦਿਲ 'ਚ ਆ ਰਿਹਾ। ਐਜ਼ ਐਨ ਐਕਟਰ ਤੁਸੀਂ ਇੰਡਸਟਰੀ 'ਚ ਕੰਮ ਕਰ ਰਹੇ ਹੋ, ਔਨ ਦਾ ਅਦਰ ਸਾਈਡ ਤੁਸੀਂ ਇੱਕ ਕ੍ਰਿਕਟਰ ਦੇ ਫਾਦਰ ਵੀ ਹੋ, ਯੁਵਰਾਜ ਸਿੰਘ ਦੇ। ਮੈਂ ਇੱਕ ਨਾ ਉਹ ਰਿਸ਼ਤਾ ਜਾਣਨਾ ਚਾਹੁੰਦਾ ਹਾਂ ਕਿ ਜਦੋਂ ਪਿਓ ਦੀ ਜ਼ਿੰਦਗੀ ਅੱਗੇ ਵੱਧ ਜਾਂਦੀ ਹੈ, ਤੁਸੀਂ ਜ਼ਿਕਰ ਕਰਦੇ ਹੋ ਸੈਕਿੰਡ ਮੈਰਿਜ ਦਾ, ਪਿਓ ਦੀ ਜ਼ਿੰਦਗੀ ਅੱਗੇ ਵੱਧ ਜਾਂਦੀ ਹੈ, ਪਰ ਜਿਹੜੀ ਪੁਰਾਣੀ ਔਲਾਦ ਹੁੰਦੀ ਹੈ, ਜਿਵੇਂ ਯੁਵਰਾਜ ਸਿੰਘ ਹੋਰੀ ਹੋ ਗਏ, ਹੈ ਨਾ, ਉਹਨਾਂ ਦੀ ਫੈਮਿਲੀ ਹੋ ਗਈ, ਉਹਨਾਂ ਦੀ ਵਾਈਫ ਹੋ ਗਈ, ਉਹਨਾਂ ਦੇ ਬੱਚੇ ਹੋ ਗਏ, ਉਹਨਾਂ ਨਾਲ ਯੋਗ ਜੀ ਦਾ ਅੱਜ ਦੇ ਸਮੇਂ ਦਾ ਰਿਸ਼ਤਾ ਕਿਵੇਂ ਦਾ? ਬਹੁਤ ਪਿਆਰ, ਰੱਜਵਾਂ ਪਿਆਰ। ਆਪਣੀ ਪਹਿਲੀ ਵਾਈਫ ਨਾਲ, ਦੂਜੀ ਵਾਈਫ ਨਾਲ, ਯੂਵੀ ਨਾਲ, ਵਿਕਟਰ ਨਾਲ, ਐਮੀ ਨਾਲ, ਜ਼ੋਰੇ ਨਾਲ, ਸਾਰਿਆਂ ਨਾਲ ਇੰਤਹਾ ਪਿਆਰ ਹੈ, ਤੁਸੀਂ ਦੇਖਿਆ ਨਹੀਂ? ਔਰ ਯਾਦ ਰੱਖਿਓ ਜ਼ਿੰਦਗੀ 'ਚ, ਆਲਣਾ ਬਣਾਓ ਅਤੇ ਦਰਵਾਜ਼ਾ ਨਹੀਂ ਬੰਦ ਕਰੀਦਾ, ਖੋਲ੍ਹ ਕੇ ਰੱਖੀਦਾ। ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਨਾ, ਦੇ ਵਿਲ ਕਮ ਬੈਕ ਟੂ ਯੂ। ਜੇ ਉਹ ਨਹੀਂ ਵਾਪਸ ਆਏ ਤਾਂ ਕਦੇ ਵੀ ਤੁਹਾਡੇ ਆਪਣੇ ਨਹੀਂ ਸੀ, ਭੁੱਲ ਜਾਣਾ ਚਾਹੀਦਾ। ਪਰ ਮੈਂ ਜ਼ਿੰਦਗੀ ਦੋ ਕੰਮ ਨਹੀਂ ਕੀਤੇ, ਮੈਂ ਦੁੱਖ ਨਹੀਂ ਮਨਾਇਆ ਅਤੇ ਅੱਥਰੂ ਨਹੀਂ ਕੱਢੇ। ਮੈਂ ਜੇ ਅੱਥਰੂ ਕੱਢੇ ਤਾਂ ਰੱਬ ਦੀ ਯਾਦ 'ਚ ਕੱਢੇ। ਰਾਈਟ ਫਰੋਮ ਦਾ ਟਾਈਮ ਆਪਣੀ ਹੋਸ਼ ਸੰਭਾਲੀ ਹੈ, ਵਾਹਿਗੁਰੂ, ਗੁਰੂ ਘਰ, ਪੀਰ ਪੈਗੰਬਰ, ਦੇਵੀ ਦੇਵਤੇ, ਮੈਂ ਦੇਵੀਆਂ ਦੇ ਜੋਤਾਂ ਜਲਾ ਜਲਾ, ਮੈਂ ਗੁਰੂ ਰਾਮਚੰਦਰ ਜੀ, ਕ੍ਰਿਸ਼ਨ ਜੀ ਮਹਾਰਾਜ ਦੇ ਜੋਤਾਂ ਜਲਾ, ਮੈਂ ਆਪਣੇ ਗੁਰੂਆਂ ਦੀਆਂ ਜੋਤਾਂ ਜਲਾ, ਮੈਂ ਆਹੀ ਕੁਛ ਹੀ ਕਰਦਾ ਰਿਹਾ ਅਤੇ ਮੇਰਾ ਸਾਰਾ ਪੈਸਾ ਇਹਦੇ 'ਚ ਗਰਕ ਹੋਇਆ। ਅੱਜ ਵੀ ਮੇਰੇ ਘਰ ਦੇ ਕਹਿੰਦੇ ਨੇ ਆ ਬਾਬਿਆਂ ਨੂੰ ਵੰਡਦਾ ਸਾਰਾ, ਮੈਂ ਕਿਹਾ ਬਾਬੇ ਦਾ ਸੀਗਾ, ਬਾਬੇ ਕੋਲ ਚਲਾ ਗਿਆ, ਤੁਹਾਡੇ ਕੋਲ ਘੱਟ ਹੈ। ਸੋ ਗੱਲ ਕੁਛ ਨਹੀਂ ਬੇਟਾ, ਆਪਾਂ ਦੁੱਖ ਨਹੀਂ ਮਨਾਉਣਾ ਕਿਸੇ ਦਾ। ਮੈਂ ਉਹ ਆਦਮੀ ਹਾਂ ਜ਼ਿੰਦਗੀ ਦੇ ਵਿੱਚ, ਤੁਸੀਂ ਉਹ ਇਕੱਲੇ ਜੰਮੇ ਹੋ, ਇਕੱਲੇ ਮਰਨਾ, ਇਨ ਬਿਟਵੀਨ ਜਾਂ ਕੰਪਰੋਮਾਈਜ਼ ਕਰ ਲਓ ਜਾਂ ਜੀ ਲਓ, ਮੈਂ ਜੀ ਰਿਹਾ। ਹੁਣ ਪੁੱਤਰ ਮੋਹ, ਔਰਤ ਮੋਹ, ਰਿਸ਼ਤੇਦਾਰ ਮੋਹ, ਦੋਸਤੀ ਮੋਹ, ਇਹ ਜਿਹੜੇ ਮੋਹ ਨੇ ਨਾ, ਮੇਰਾ ਤਾਂ ਉਹਨਾਂ ਦਾ ਛੁਟਕਾਰਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਰੱਬ ਨੇ ਮੇਰਾ ਛੁਟਕਾਰਾ ਕੀਤਾ। ਔਰ ਮੈਂ ਉਹ ਬਾਪ ਨਹੀਂ ਹੈ ਜਿਹੜਾ ਕਹਿੰਦਾ ਤੂੰ ਮੇਰਾ ਪੁੱਤ ਹੈ ਅਤੇ ਮੇਰੇ ਬੁਢਾਪੇ ਦਾ ਸਹਾਰਾ। ਮੈਂ ਤਾਂ ਆਪਣਾ ਮੁੰਡਾ ਹੀ ਮਾਰਤਾ ਜਿਉਂਦੇ ਜੀ, ਮੈਂ ਆਪਣੇ ਉਸ ਪੁੱਤਰ ਦਾ ਕਤਲ ਕਰਤਾ ਜਿਹਨੂੰ ਮੈਂ ਇਹ ਕਹਿਤਾ ਕਿ ਤੂੰ ਮੇਰੇ ਬੁਢਾਪੇ ਦਾ ਸਹਾਰਾ ਹੈ। ਉਹ ਤੂੰ ਆਪਣੇ ਨੂੰ ਫਿੱਟ ਰੱਖ, ਆਪਣਾ ਸਹਾਰਾ ਖੁਦ ਬਣ, ਆਪਣੇ ਪੁੱਤਰ ਦੀ ਜ਼ਿੰਦਗੀ 'ਚ ਰੋੜਾ ਕਿਉਂ ਬਣਦਾ ਹੈ? ਵਿਆਹ ਹੋ ਗਿਆ, ਪਾਸੇ ਹੋ ਜਾ, ਰੋਜ਼ ਕਹੇਗਾ ਆਪਣੀ ਧੀ ਨੂੰ, ਮੈਨੂੰ ਨਹੀਂ ਕਹਿੰਦਾ, ਕੀ ਕਰਦਾ, ਪਾਸੇ ਹੋ ਜਾ। ਜਿਹੜਾ ਰਿਸ਼ਤਾ
ਪਰਵਾਨ ਨਾ ਚੜ੍ਹੇ ਉਸਕੋ ਖੂਬਸੂਰਤ ਮੋੜ ਦੇ ਕਰ ਛੋੜ ਰਾਜ। ਮੈਂ ਆਹੀ ਕੁਛ ਕੀਤਾ ਯੋਗ ਭਾਜੀ, ਮੇਰੀ ਜ਼ਿੰਦਗੀ 'ਚ, ਮੇਰੇ ਦਿਲ 'ਚ, ਮੇਰੇ ਜ਼ਹਿਨ 'ਚ ਜੋ ਪਰਮੰਡੇ ਉਹੀ ਪਿੰਡੇ, ਜੋ ਖੋਜੇ ਸੋ ਪਾਵੇ। ਮੇਰੇ ਸੁੱਤੇ ਤੋਂ ਲੈ ਕੇ ਥੱਲੇ ਤੱਕ ਗੁਰੂ ਮਹਾਰਾਜ ਦੀ ਇੰਨੀ ਬਖਸ਼ਿਸ਼ ਹੈ ਕਿ ਮੇਰੇ ਦਿਲ ਦੀ ਹਰ ਧੜਕਣ, ਹਰ ਸਵਾਸ 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 ਪਤਾ ਕੀ ਨਿਕਲਦਾ, ਵਾਹਿਗੁਰੂ ਵਾਹਿਗੁਰੂ ਤੂੰ ਹੀ ਤੂੰ ਹੀ। ਮੈਨੂੰ ਦੂਜੀ ਗੱਲ ਹੀ ਨਹੀਂ ਆਉਂਦੀ, ਮੈਂ ਤੁਹਾਡੇ ਕੋਲ ਬੈਠਾ ਹਾਂ, ਮੈਂ ਪਾਠ ਕਰੀ ਜਾਂਦਾ। ਮੈਂ ਸਾਰੀ ਗੱਲ ਨੂੰ ਐਗਰੀ ਕਰਦਾ। ਮੈਨੂੰ ਨਾ ਥੋੜ੍ਹਾ ਜਿਹਾ ਗੱਲ ਕਰਕੇ ਵਧੀਆ ਲੱਗ ਰਿਹਾ, ਤਾਂ ਮੈਂ ਥੋੜ੍ਹਾ ਜਿਹਾ ਆਪਣੀ ਨੌਲੇਜ ਵਾਸਤੇ ਹੋਰ ਚੀਜ਼ਾਂ ਜਾਣਨੀ ਚਾਹੁੰਦਾ, ਥੋੜ੍ਹਾ ਖੁੱਲ੍ਹਣਾ ਚਾਹੁੰਦਾ ਕਿ ਜਿਹੜਾ ਯੋਗ ਭਾਜੀ ਉਹ ਫਸਟ ਵਾਲਾ ਜਿਹੜਾ ਮੋਡ ਸੀਗਾ ਯੂਵੀ ਭਾਜੀ ਵਾਲਾ ਜਾਂ ਸੈਕਿੰਡ ਵਾਈਫ ਯੂਵੀ ਭਾਜੀ ਵਾਲਾ, ਤਾਂ ਮੋਡ ਹੀ ਬੜਾ ਬਾਅਦ 'ਚ ਆਇਆ ਹੈ, ਉਸ ਤੋਂ ਪਹਿਲਾਂ ਹੀ ਮੋੜ ਕਈ ਗੁਜ਼ਰ ਗਏ। ਉਹ ਪਹਿਲਾਂ ਮੈਂ ਤੁਹਾਨੂੰ ਸੁਣਾਵਾਂ ਕਿ ਮੇਰੇ ਪਿਤਾ ਜੀ ਕੌਣ ਸੀ, ਮੇਰੀ ਮਾਤਾ ਜੀ ਕੌਣ ਸੀ, ਮੈਂ ਕਿਵੇਂ ਪੈਦਾ ਹੋਇਆ, ਕਿਵੇਂ ਵੱਡਾ ਹੋਇਆ, ਜੰਗਲਾਂ 'ਚ ਪਲਿਆ। ਯੂਵੀ ਤਾਂ ਬਾਅਦ 'ਚ ਆਇਆ, ਯੂਵੀ ਤੋਂ ਪਹਿਲਾਂ ਤਾਂ 24 ਸਾਲ ਦੀ ਜ਼ਿੰਦਗੀ ਗੁਜ਼ਰ ਚੁੱਕੀ ਹੈ। ਯੂਵੀ ਦੇ ਜਵਾਨ ਹੋਣ ਤੋਂ ਤਾਂ ਬਾਅਦ 45 ਸਾਲ ਦੀ ਉਮਰ ਗੁਜ਼ਰ ਚੁੱਕੀ ਹੈ ਬੇਟਾ ਜੀ। ਬਟ ਮੈਂ ਇਹ ਗੱਲ ਤਾਂ ਕਰ ਰਿਹਾ, ਉਹ ਹੁਣ ਜੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਸੁਣਾਉਣ ਲੱਗਿਆ ਨਾ ਤੇ 10 ਦਿਨ ਲੱਗ ਜਾਣੇ। ਮੈਂ ਸਮਝ ਗਿਆ ਬਟ ਮੈਂ ਇਹ ਚੀਜ਼ ਤਾਂ ਜਾਣੀ ਚਾਹੁੰਦਾ, ਮੈਂ ਯੂਵੀ ਭਾਈ ਤਾਂ ਗੱਲ ਕੀਤੀ ਹੈ ਕਿਉਂਕਿ ਜਦੋਂ ਇਨਸਾਨ ਦਾ ਵਿਆਹ ਹੁੰਦਾ ਨਾ ਉਹ ਜ਼ਿੰਦਗੀ 'ਚ ਬੜਾ ਵੱਡਾ ਮੋੜ ਹੁੰਦਾ ਉਹਦੀ ਜ਼ਿੰਦਗੀ 'ਚ, ਜਦੋਂ ਕਿਸੇ ਦੂਸਰੇ ਪਰਿਵਾਰ ਨਾਲ ਜੁੜਦਾ, ਆਪਣੇ ਜਿਹੜਾ ਸਾਥੀ ਹੁੰਦਾ ਉਹਦੇ ਨਾਲ ਜੁੜਦਾ, ਤਾਂ ਜਦੋਂ ਪਹਿਲੀ ਚੀਜ਼ ਸਕਸੈਸ ਨਹੀਂ ਹੁੰਦੀ, ਜਦੋਂ ਦੂਜੀ ਚੀਜ਼ ਬਣਨ ਲੱਗਦੀ ਹੈ, ਤਾਂ ਜਿਹੜੀ ਸਾਡੀ ਪਹਿਲੀ ਔਲਾਦ ਹੁੰਦੀ ਆ, ਔਲਾਦ ਦਾ ਪੁੱਤਰ ਦਾ ਪਿਓ ਨਾਲ ਪਿਆਰ ਅਤੇ ਵਾਈਫ ਦਾ ਹਸਬੈਂਡ ਨਾਲ ਪਿਆਰ, ਦੋਨੋਂ ਅਲੱਗ ਅਲੱਗ ਹੈ। ਤਾਂ ਜਦੋਂ ਹਸਬੈਂਡ ਵਾਈਫ ਦੀ ਨਹੀਂ ਬਣਦੀ ਪਰ ਪੁੱਤਰ ਅਤੇ ਪਿਓ ਦੀ ਬਣਦੀ ਹੈ, ਤਾਂ ਜਦੋਂ ਫਾਦਰ ਇਹ ਡਿਸਾਈਡ ਕਰ ਲਵੇ ਕਿ ਹੁਣ ਸੈਕਿੰਡ ਮੈਰਿਜ ਕਰਾਉਣੀ ਹੈ, ਤਾਂ ਉਸ ਤੋਂ ਬਾਅਦ ਜਿਹੜਾ ਪੁੱਤਰ ਹੁੰਦਾ ਆ ਉਹਨੂੰ ਕਿੰਨਾ ਕੁ ਹਰਟ ਹੁੰਦਾ, ਜਾਂ ਉਸ ਤੋਂ ਬਾਅਦ ਉਹ ਸੈਕਿੰਡ ਵਾਈਫ ਨਾਲ ਉਹ ਰਿਸ਼ਤਾ ਉਹਦਾ ਜੁੜ ਪਾਉਂਦਾ? ਬਣਨ ਬਣਾਉਣ ਦੀ ਗੱਲ ਨਹੀਂ ਹੈ, ਸ਼ੇਰ ਜੰਗਲ 'ਚ ਹੁੰਦਾ, ਆਪ ਦੀ ਰਿਆਸਤ ਆਪ ਬਣਾਉਂਦਾ। ਉਹਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਕਿ ਤੂੰ ਮੇਰਾ ਪੁੱਤਰ ਹੈ ਅਤੇ ਤੂੰ ਮੇਰੀ ਜਨਾਨੀ ਹੈ, ਤੂੰ ਕੀ ਹੈ। ਕਦੇ ਸ਼ੇਰ ਦੇਖਿਆ ਜੰਗਲ 'ਚ? ਕਦੇ ਪ੍ਰਾਈਡ ਦੇਖੀ ਹੈ? ਇੱਕ ਸ਼ੇਰ ਹੁੰਦਾ ਤਾਂ 10 ਸ਼ੇਰਨੀਆਂ ਹੁੰਦੀਆਂ ਅਤੇ 25 ਬੱਚੇ ਹੁੰਦੇ ਆ। ਜਦੋਂ ਇਲਾਕੇ 'ਚ ਘੁੰਮਦਾ ਨਾ, ਉਹਦਾ ਆਪਣਾ ਡਿਸੀਜ਼ਨ, ਆਪਣਾ ਲਾਅ ਹੁੰਦਾ। ਮੈਂ ਇਹ ਬਿਲੀਵ ਕਰਦਾ ਜ਼ਿੰਦਗੀ ਦੇ ਵਿੱਚ, ਵਿਆਹ ਤੁਸੀਂ 1 ਕਰਾਓ ਅਤੇ ਭਰਾਵਾਂ 10 ਕਰਾਓ। ਇਫ ਯੂ ਆਰ ਏਬਲ ਟੂ ਹੈਂਡਲ ਯੂਅਰ ਫੈਮਿਲੀ ਟੂਗੈਦਰ, ਇਕੱਠੇ ਰਹਿ ਸਕਦੇ ਹੋ, ਤਾਂ ਵਰਥ ਇਟ ਹੈ। ਕਈ ਵਾਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੋਇਆ ਸਾਡੇ ਪਰਿਵਾਰਾਂ 'ਚ, ਵੱਡ ਵਡੇਰਿਆਂ 'ਚ, ਕਿ ਗਰੀਬ ਔਰਤ 1 ਰਹਿ ਗਈ ਪਿੰਡ 'ਚ, ਬੜੀ ਗਰੀਬੀ, ਕੁਛ ਨਹੀਂ ਹੋ ਸਕਦਾ, ਨਾ ਉਹਦੇ ਮਾਂ ਪਿਓ, ਪਾਰਟੀਸ਼ਨ ਵੇਲੇ ਬਹੁਤ ਕੁਛ ਹੋਇਆ। ਤਾਂ ਕਈ ਬਜ਼ੁਰਗਾਂ ਨੇ ਕਿਹਾ, ਭਾਈ ਇਹਦੇ 'ਤੇ ਚਾਦਰ ਪਾ ਕੇ ਰੱਖ ਲਓ, ਪਰਿਵਾਰ ਵੱਡਾ ਹੋ ਜਾਏਗਾ ਤੁਹਾਡਾ। ਕੁਐਸਚਨ ਇਹ ਨਹੀਂ ਕਿ ਮੈਰਿਜ ਪਹਿਲੀ ਹੈ, ਮੈਰਿਜ ਦੂਜੀ ਹੈ। ਤੁਸੀਂ ਕੀ ਸਮਝਦੇ ਹੋ ਕਿ 4 ਫੇਰੇ ਲੈਣ ਨਾਲ ਮੈਰਿਜ ਹੋ ਜਾਂਦੀ ਹੈ? ਹੈ ਆਨੰਦ ਕਾਰਜ ਨਾਲ ਮੈਰਿਜ ਹੋ ਜਾਂਦੀ ਹੈ? ਮੈਰਿਜ ਦਿਲਾਂ ਦੀਆਂ ਸਾਂਝ ਹੈ। ਜੇ ਰੂਹ ਨਾਲ ਰੂਹ ਮਿਲਦੀ ਹੈ ਤਾਂ ਹੈ, ਨਹੀਂ ਤਾਂ ਨਹੀਂ ਹੈ। ਜਿੱਥੇ ਪਿਆਰ ਨਹੀਂ, ਜਿੱਥੇ ਪ੍ਰੇਮ ਨਹੀਂ, ਉਹ ਰਿਸ਼ਤਾ ਕਦੇ ਨਿਭ ਨਹੀਂ ਸਕਦਾ। ਬੇਸ਼ੱਕ ਉਹ ਮਾਂ ਹੋਵੇ, ਪਿਓ ਹੋਵੇ, ਭੈਣ ਹੋਵੇ, ਭਰਾ ਹੋਵੇ, ਸੱਜਣ ਹੋਵੇ, ਮੀਤ ਹੋਵੇ, ਬੱਚੇ ਹੋਣ, ਬੀਵੀ ਹੋਵੇ, ਕੁੜੀ ਹੋਵੇ, ਰਿਸ਼ਤਾ ਸਿਰਫ ਇੱਕੋ ਚੀਜ਼ ਨਾਲ ਨਿਭਦਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੋਰ ਦੂਜੀ ਵਿਆਖਿਆ ਹੀ ਕੋਈ ਨਹੀਂ। ਕਿੰਨਾ ਸਟਰੋਂਗ ਮਾਇੰਡ ਸੈਟ ਹੈ ਯਾਰ, ਸੱਚੀ ਜੀ ਮੇਰੀ। ਮੈਂ ਬਹੁਤ ਇੰਜੋਏ ਕਰ ਰਿਹਾ ਇਸ ਕਨਵਰਸੇਸ਼ਨ ਨੂੰ। ਨਫ਼ਰਤ ਕਿਸ ਨਾ ਕਰੀਏ, ਕੀ ਕਰੀਏ? ਹਾਂਜੀ, ਨਫ਼ਰਤ ਕਰਨ ਯੋਗ ਤਾਂ ਕੋਈ ਹੈ ਹੀ ਨਹੀਂ। ਰੱਬ ਨੇ ਨਫ਼ਰਤ ਕਰਨ ਲਈ ਕੋਈ ਬਣਾਇਆ ਨਹੀਂ, ਨਾ ਮੁਸਲਮਾਨ, ਨਾ ਹਿੰਦੂ, ਨਾ ਸਿੱਖ, ਨਾ ਈਸਾਈ, ਇਹ ਤਾਂ ਤੁਸੀਂ ਬਣਾਏ ਰੱਬ ਨੇ। ਮੈਨੂੰ ਇੱਕ ਗੱਲ ਦੱਸੋ, ਮੈਂ 1 ਮਿੰਟ, ਬੱਚਾ ਪੈਦਾ ਕਰਨਾ, ਹਾਂਜੀ, ਕੁਛ ਨਾ ਕਰੀਏ, ਹਾਂਜੀ,
ਵੱਡਾ ਕਰ ਲੈ, ਜਿਹੜਾ ਦਾੜਾ ਹੋਈ ਉਹ ਰੱਖੀ ਹੋਈ, ਮੈਂ ਠੀਕ ਕਹਿੰਦਾ। ਹਾਂ ਪੁੱਤਰ ਮੁੱਤਰ ਤੂੰ ਕਰ ਲੈ, ਉਹ ਤੇਰੀ ਮਰਜ਼ੀ, ਉਹ ਤੁਸੀਂ ਕਰਨਾ। ਕਿਉਂ? ਮੈਂ ਹਿੰਦੂ, ਮੈਂ ਤਿਲਕ, ਮੈਂ ਜੰਜੂ, ਮੈਂ ਮੁਸਲਮਾਨ, ਮੈਂ ਸੁੰਨਤ, ਮੈਂ ਸਿੱਖ, ਮੈਂ ਫਲਾਨਾ, ਮੈਂ ਜੈਨੀ। ਫਿਟੇ ਮੂੰਹ ਤੁਹਾਡੀ ਜ਼ਿੰਦਗੀ 'ਤੇ ਇਹ ਇਨਸਾਨੋ, ਰੱਬ ਦੀ ਜਾਤ ਪਾਤ ਅਤੇ ਧਰਮ ਕੀ ਹੈ ਪੁੱਛਿਆ ਦੱਸੋ? ਨਹੀਂ, ਜੇ ਜਵਾਬ ਹੈ ਤਾਂ ਸਾਰੀ ਦੁਨੀਆ ਘੁੰਮ ਕੇ ਵਿਦਵਾਨ ਇਕੱਠੇ ਕਰ ਲਈ, ਮੇਰੀ ਗੱਲ ਦਾ ਜਵਾਬ ਦੇ ਦਿਓ। ਰੱਬ ਦੀ ਕੋਈ ਜਾਤ ਹੈ? ਰੱਬ ਦਾ ਕੋਈ ਧਰਮ ਹੈ? ਅਤੇ ਜਿਹਨੇ ਪੈਦਾ ਕੀਤਾ ਉਹਦਾ ਧਰਮ ਜਾਤ ਨਹੀਂ, ਤਾਂ ਤੂੰ ਜਾਤਾਂ ਧਰਮਾਂ ਦਾ ਕਿਹੜੀ ਗੱਲ ਕਰੀ ਜਾਂਦਾ? ਜਿੱਦਣ ਮੇਰਾ ਵਿਆਹ ਹੋਇਆ, ਮੈਨੂੰ ਕਿਹਾ ਰਿਸ਼ਤੇਦਾਰ ਨੇ, ਹਿੰਦੂਆਂ 'ਚ ਵਿਆਹ ਕਰਾ ਲਿਆ। ਮੈਂ ਕਿਹਾ ਮੁੜ ਕੇ ਤਾਇਆ ਬੋਲਿਆ ਨਾ ਚੰਡ ਮਾਰੂੰਗਾ ਮੂੰਹ 'ਤੇ, ਯਾਦ ਰੱਖੇਗਾ। ਸਮਝੇ? ਹਾਂ, ਤੂੰ ਮੇਰੇ ਬਾਪੂ ਦਾ ਵੱਡਾ ਭਰਾ। ਖਬਰਦਾਰ, ਮੇਰੀ ਜ਼ਿੰਦਗੀ 'ਚ ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ ਹੈ, ਨਾ ਕੋਈ ਸਿੱਖ ਹੈ, ਅਤੇ ਨਾ ਕੋਈ ਈਸਾਈ ਹੈ, ਅਤੇ ਨਾ ਕੋਈ ਜੈਨੀ ਹੈ, ਅਤੇ ਨਾ ਕੋਈ ਛੋਟਾ, ਅਤੇ ਨਾ ਕੋਈ ਵੱਡਾ ਹੈ। ਇੱਕ ਨੂਰ 'ਤੇ ਸਭ ਜੁਗ ਉਪਜਿਆ, ਕੌਣ ਭਲੇ ਕੋ ਮੰਦੇ। ਮੈਂ ਜਿਹਨੂੰ ਪਿਆਰ ਕਰਦਾ ਉਹੀ ਮੇਰਾ, ਉਹ ਮੇਰਾ ਸਿਰ ਵੱਢ ਕੇ ਚਲਾ ਜਾਏ, ਇਹ ਮੇਰੇ ਕਰਮਾਂ 'ਚ ਲਿਖਿਆ ਸੀ। ਜਾ ਜਿਉਂਦਾ ਵੱਸਦਾ ਰਹਿ। ਬੋਲੋ ਕੀ ਬਾਤ? ਤੂੰ ਮੇਰੇ ਪਿੱਠ 'ਚ ਛੁਰਾ ਮਾਰਦੇ, ਮੈਂ ਕਹਿੰਦਾ ਪੁੱਤਰਾ ਜਿਉਂਦਾ ਰਹਿ, ਹੋਰ ਜਿਹੜਾ ਖੂਨ ਹੈ ਉਹ ਵੀ ਪੀ ਲੈ ਯਾਰ, ਤੇਰੀ ਪਿਆਸ ਬੁੱਝੇ। ਦਿਸ ਇਜ਼ ਮੀ। ਮੈਂ ਸਮਝ ਗਿਆ, ਇਸੇ ਕਰਕੇ ਤੂੰ ਬੇਬਾਕੀ ਦੀ ਗੱਲ ਕੀਤੀ ਸੀ। ਜਦ ਮੈਂ ਬੋਲਦਾ ਨਾ, ਮੈਂ ਫਿਰ ਮੈਂ ਨਹੀਂ ਬੋਲਦਾ, ਗੁਰੂ ਬੋਲ। ਮੈਂ ਤੁਹਾਨੂੰ ਗੱਲ ਦੱਸਾਂ, ਜਿਹੜਾ ਆਂਸਰ ਐਕਸਪੈਕਟ ਸੀਗਾ ਨਾ ਯੋਗਾ ਜੀ, ਮੈਨੂੰ ਐਂ ਲੱਗਿਆ ਸੀ ਕਿ ਚਲੋ ਤੁਸੀਂ ਫੀਲ ਨਾ ਕਰ ਦਿਓ ਵੀ ਸਾਹਿਲ ਕੀ ਪੁੱਛ ਰਿਹਾ, ਪਰ ਮੈਨੂੰ ਅੱਛਾ ਲੱਗਿਆ, ਤੁਸੀਂ ਬੜਾ ਸੋਹਣਾ ਜਵਾਬ ਦਿੱਤਾ। ਯੂਵੀ ਮੇਰਾ ਬੜਾ ਪਿਆਰਾ ਬੱਚਾ, ਆਪਣੇ ਬਾਪ ਨੂੰ ਬੜਾ ਪਿਆਰ ਕਰਦਾ, ਪਰ ਉਹ ਕਰੇਗੀ, ਉਹਨੂੰ ਸਿਖਾਇਆ ਨਹੀਂ ਕਿਸੇ ਨੇ ਕਿ ਤੇਰਾ ਪਿਓ ਚੀਜ਼ ਕੀ ਹੈ। ਉਹਨੂੰ ਇਹੀ ਸਿਖਾਇਆ, ਇਹਦੀ ਆਵਾਜ਼ ਇਹ ਤੋਂ ਡਰ ਲੱਗਦਾ, ਇਹ ਤਾਂ ਬੰਦਾ ਮਾਰ ਦਿੰਦਾ, ਇਹ ਤਾਂ ਫਲਾਨਾ। ਅਤੇ ਜਿਹਨੂੰ ਤੁਸੀਂ ਫੀਡ ਕਰੀ ਜਾਓ ਕਰੀ ਜਾਓ ਕਰੀ ਜਾਓ, ਤਾਂ ਬੜਾ ਮਾੜਾ ਹੈ। ਅਤੇ ਮੈਂ ਇੱਕ ਦਿਨ ਕਿਹਾ, ਸ਼ਾਇਦ ਤੁਸੀਂ ਸੁਣਿਆ ਵੀਡੀਓ 'ਚ, ਮੈਂ ਕਿਹਾ ਮੈਂ ਤਾਂ ਬਹੁਤ ਮਾੜਾ, ਮੈਂ ਤਾਂ ਭਾਈ ਪਾਪੀ ਹਾਂ, ਮੈਨੂੰ ਛੱਡ ਦਿਓ ਉਹਨੇ, ਸਤਿ ਸ਼੍ਰੀ ਅਕਾਲ, ਮੈਂ ਚਲਾ ਜਾਂਦਾ। ਮੈਂ ਕਿਸੇ ਦੇ ਵਿੱਚ ਫਸਦਾ ਨਹੀਂ, ਆਰਗੂਮੈਂਟ ਨਹੀਂ ਕਰਦਾ, ਮੈਂ ਚਲੇ ਜਾਂਦਾ। ਆਪਾਂ ਰਜਨੀ ਫਿਲਮ ਦੀ ਗੱਲ ਕਰ ਲਈ, ਹਾਂਜੀ ਹਾਂਜੀ, ਸ਼ੁਰੂ ਜ਼ਰੂਰ, ਤੋਂ ਗੱਲ ਇੱਥੋਂ ਸ਼ੁਰੂ ਹੁੰਦੀ ਹੈ, ਇੱਥੋਂ ਸ਼ੁਰੂ ਹੁੰਦੀ ਹੈ, ਐਕਚੁਅਲੀ ਗੱਲ ਆਹੀ ਹੈ। ਪਰ ਮੈਂ ਤੁਹਾਨੂੰ ਗੱਲ ਦੱਸਦਾ ਇਹਦੇ ਤੋਂ ਰਿਲੇਟਿਡ ਕੀ ਹੈ, ਕਿ ਫਿਲਮਾਂ 'ਚ ਨਾ ਜਿਹੜੇ ਤੁਹਾਡੇ ਜਿਹੜੇ ਕਿਸੇ ਦੇ ਵੀ ਕਰੈਕਟਰਸ ਹੁੰਦੇ ਆ, ਕੋਈ ਵੀ ਆਰਟਿਸਟ ਫਿਲਮ 'ਚ ਕੰਮ ਕਰਦਾ ਨਾ, ਉਹ ਜ਼ਿੰਦਗੀ 'ਚ ਨਾ ਉਹਨੂੰ ਕੋਈ ਨਾ ਕੋਈ ਜਾਂ ਤਾਂ ਉਹਦੀ ਜ਼ਿੰਦਗੀ ਨਾਲ ਕਿੱਸਾ ਜੁੜਿਆ ਹੁੰਦਾ, ਜਾਂ ਉਹ ਕੁਛ ਸਿੱਖ ਕੇ ਜਾਂਦਾ। ਅਗਰ ਇਤਿਹਾਸਿਕ ਫਿਲਮ ਆ ਤਾਂ ਉਹ ਪੁਰਾਣੀ ਹਿਸਟਰੀ ਬਾਰੇ ਸਿੱਖ ਕੇ ਜਾਂਦਾ। ਜਿੱਦਾਂ ਦਾ ਕਰੈਕਟਰ ਤੁਸੀਂ ਇਹ 'ਚ ਕੀਤਾ, ਤੂੰ ਨਹੀਂ ਚਾਹੁੰਦਾ, ਹੈ ਨਾ, 6 ਕੁੜੀਆਂ ਤੋਂ ਬਾਅਦ ਲਗਾਤਾਰ ਕੁੜੀ ਪੈਦਾ ਹੋਣ ਤੋਂ ਬਾਅਦ 7ਵੀਂ ਕੁੜੀ ਦਾ ਫੇਰ ਹੋਣਾ, ਉਹ ਮੇਰੇ ਖਿਆਲ ਤੋਂ ਜਾਂ ਤਾਂ ਕੋਈ ਇਨਸਾਨ ਇੱਦਾਂ ਹੋਊਗਾ ਜਿਹੜਾ ਉਸ ਚੀਜ਼ ਨੂੰ ਕਿਸਮਤ ਸਮਝ ਲਵੇ, ਪਰ ਇਸ ਫਿਲਮ ਦੀ ਜਿਹੜੀ ਹਿਸਟਰੀ ਹੈਗੀ ਆ ਉੱਥੇ ਇਹ ਸਮਝਿਆ ਗਿਆ ਕਿ ਬਈ ਕੁੜੀ ਹੀ ਕਿਉਂ, ਅਤੇ ਜਦੋਂ 7ਵੀਂ ਹੋਈ, ਰਜਨੀ ਹੋਈ, ਤਾਂ ਉਸ ਤੋਂ ਬਾਅਦ ਵੀ ਉਹਦੇ ਨਾਲ ਉੱਦਾਂ ਹੀ ਵਿਵਹਾਰ ਕੀਤਾ ਗਿਆ ਜਿੱਦਾਂ ਦਾ ਐਕਚੁਅਲ 'ਚ ਇਨਸਾਨ ਐਕਸਪੈਕਟ ਕਰਦਾ, ਐਂਡ ਸਡਨਲੀ ਉਹ ਚੀਜ਼ ਅਨਐਕਸਪੈਕਟਿਡ ਹੋ ਜਾਂਦੀ ਹੈ ਕਿ ਪੁੱਤਰ ਐਕਸਪੈਕਟ ਕਰਦਾ, ਫਿਰ ਤੋਂ ਕੁੜੀ ਹੋ ਜਾਂਦੀ ਹੈ। ਤਾਂ ਜਿੱਦਾਂ ਦਾ ਕਿਰਦਾਰ ਤੁਸੀਂ ਇਸ ਫਿਲਮ 'ਚ ਕੀਤਾ, ਰੋਬ ਵਾਲਾ ਐਂਡ ਅਨਐਕਸੈਪਟੇਬਲ ਚਾਈਲਡ ਵਾਲਾ, ਯੋਗ ਭਾਜੀ, ਇਹ ਐਕਚੁਅਲ 'ਚ ਰੀਅਲ ਸਟੋਰੀ ਹੈ, ਜਿਹੜੀ ਅਸਲ 'ਚ ਕਹਾਣੀ ਇੱਦਾਂ ਦੀ ਹੋਈ ਆ। ਧੀਆਂ ਦਾ ਸਤਿਕਾਰ ਨਾ ਕਰਨਾ, ਧੀਆਂ ਨੂੰ ਨਾ ਪੁੱਛਣਾ, ਅੱਜ ਵੀ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਕਿੰਨੇ ਸਾਰੇ ਘਰ ਇੱਦਾਂ ਦੇ ਹੋਣਗੇ ਯੋਗ ਭਾਜੀ, ਜਿੱਥੇ ਲਗਾਤਾਰ ਜੇ ਦੂਜੇ ਤੋਂ ਬਾਅਦ ਤੀਜੀ ਕੁੜੀ ਪੈਦਾ ਹੋ ਜਾਵੇ ਨਾ, ਤਾਂ ਕਹਿੰਦੇ ਆ ਯਾਰ, ਬੇਸ਼ੱਕ ਹਸਬੈਂਡ ਕਵੇ ਨਾ ਕਵੇ, ਸੱਸਾਂ ਕਹਿਣ ਲੱਗ ਜਾਂਦੀਆਂ ਨੇ ਕਿ ਫਿਰ ਤੋਂ ਕੁੜੀ ਹੋ ਗਈ। ਇਸੇ ਕਰਕੇ ਮੈਂ ਕਹਿੰਦਾ, ਡੌਗਸ ਐਂਡ ਰਿਲੇਟਿਵਸ ਆਰ ਨਾਟ ਅਲਾਊਡ ਇਨ ਮਾਈ ਹਾਊਸ। ਅੱਗੇ ਚਲੋ। ਯੈਸ,
ਅੱਛਾ ਲੱਗਿਆ ਐਗਜੈਕਟਲੀ ਇੱਦਾਂ ਹੋਣਾ ਚਾਹੀਦਾ ਤੇ ਰਿਸ਼ਤੇਦਾਰ ਘਰ ਦੀ ਚੌਕਟ ਤੇ ਮੈਂ ਨਹੀਂ ਵੜਦਾ ਹੁਣ ਚੱਲੋ ਬੜੀ ਕਮਾਲ ਦੀ ਇਸੇ ਕਰਕੇ ਘਰ ਮੇਰਾ ਬਚਿਆ ਹੈ ਇਸੇ ਕਰਕੇ ਜੁੜ ਗਿਆ ਸਾਰਾ ਕੁਝ ਕਿ ਮੈਂ ਜੁੱਤੀ ਲੈਂਦਾ ਲਾ ਜੇ ਕੋਈ ਵਿੱਚ ਕਾਵੇ ਨਾ ਕੋਈ ਬੜਿਆ ਹਾਂ ਇਹ ਸੱਸਾਂ ਵੀ ਲਾਊਡ ਨਹੀਂ ਹੈਗੀਆਂ ਚੱਲ ਘਰੇ ਡੰਡੀ ਪੈ ਖਬਰ ਦਾ ਜੇ ਕੋਈ ਬੜਿਆ ਹਾਂ ਨਹੀਂ ਚੰਗੀ ਗੱਲ ਅੱਗੇ ਚੱਲ ਬਟ ਜਿੱਦਾਂ ਦਾ ਜਿਹੜੀ ਚੀਜ਼ ਮੇਰਾ ਕੁਐਸਚਨ ਇਹ ਆ ਵੀ ਇਤਿਹਾਸਿਕ ਫਿਲਮ ਰੀਅਲ ਕਰੈਕਟਰ ਦੇ ਨਾਲ ਜੁੜੀ ਹੈ ਅਤੇ ਅੱਜ ਵੀ ਉਹ ਰੀਅਲਨੈਸ ਘਰਾਂ ਦੇ ਵਿੱਚ ਹੈਗੀ ਹੈ ਅੱਜ ਵੀ ਘਰਾਂ ਦੇ ਵਿੱਚ ਕੁੜੀਆਂ ਨੂੰ ਜਿਵੇਂ ਮੈਂ ਕਿਹਾ ਕਿ ਦੂਜੇ ਤੋਂ ਬਾਅਦ ਜੇ ਤੀਜੀ ਕੁੜੀ ਪੈਦਾ ਹੋ ਜਾਵੇ ਨਾ ਤਾਂ ਸੱਸਾਂ ਨੂੰ ਇੱਦਾਂ ਹੋਣ ਲੱਗ ਜਾਂਦਾ ਵੀ ਇਹ ਕਿਉਂ ਹੋ ਰਿਹਾ ਇਹ ਤਾਂ ਸਾਡੇ ਉੱਤੇ ਬੋਝ ਬਣ ਗਈਆਂ ਨੇ ਜਾਂ ਮੇਰੇ ਖਿਆਲ ਤੋਂ ਉਹਨਾਂ ਨੂੰ ਐਵੇਂ ਹੁੰਦਾ ਕਿ ਮੁੰਡਾ ਹੋਣਾ ਜ਼ਰੂਰੀ ਹੈ ਕਿਉਂਕਿ ਮੁੰਡਾ ਜੋ ਕੰਮ ਕਰ ਸਕਦਾ ਕੁੜੀ ਨਹੀਂ ਕਰ ਸਕਦੀ ਕੁੜੀ ਨੇ ਆਪਣੇ ਘਰ ਚਲੇ ਜਾਣਾ ਸੋ ਰੀਜ਼ਨਸ ਸੱਸਾਂ ਸੋਚਦੀਆਂ ਨੇ ਜਿਹੜੇ ਉਹਦੇ ਮਾਂ ਪਿਓ ਨਹੀਂ ਸੋਚਦੇ ਕੁੜੀ ਦੇ ਅਤੇ ਜੇ ਸੱਸ ਸੋਚ ਲਵੇ ਤਾਂ ਮਾਂ ਪਿਓ ਦੇ ਦਿਮਾਗ 'ਚ ਚੀਜ਼ ਵੱਸ ਜਾਂਦੀ ਹੈ ਤਾਂ ਫਿਰ ਉਹ ਕੁੜੀ ਨੂੰ ਉਸ ਤਰੀਕੇ ਦਾ ਪਿਆਰ ਉਸ ਤਰੀਕੇ ਦੀ ਪਰਵਰਿਸ਼ ਉਸ ਤਰੀਕੇ ਦੀ ਮੁਹੱਬਤ ਨਹੀਂ ਮਿਲਦੀ ਇਹ ਚੀਜ਼ਾਂ ਸਾਡੇ ਵੱਡ ਵਡੇਰਿਆਂ ਤੋਂ ਆਈਆਂ ਨੇ ਕਿ ਔਰਤ ਦੇ ਮੈਂਸਿਸ ਆਏ ਹੁਣ ਪਰ ਰੋਟੀ ਨਹੀਂ ਬਣਾ ਸਕਦੀ ਔਰਤ ਦੇ ਮੈਂਸਿਸ ਆਏ ਹੁਣ ਸਾਊਥ ਦੇ ਵਿੱਚ ਅਜੇ ਵੀ ਉਹ ਕਿਚਨ 'ਚ ਨਹੀਂ ਜਾ ਸਕਦੀ ਔਰਤ ਦੇ ਮੈਂਸਿਸ ਆਉਣ ਹੁਣ ਉਹ ਗ੍ਰੰਥ ਸਾਹਿਬ ਨਹੀਂ ਪੜ੍ਹ ਸਕਦੀ ਉਹ ਗੀਤਾ ਨਹੀਂ ਪੜ੍ਹ ਸਕਦੀ ਇਹ ਕਿਹਨੇ ਬਣਾਇਆ ਅਸੂਲ ਮੈਂ ਬਣਾਇਆ ਤੁਸੀਂ ਬਣਾਇਆ ਇਹ ਵੱਡ ਵਡੇਰਿਆਂ ਨੇ ਬਣਾਇਆ ਜਿਹੜੇ ਰਹਿੰਦੇ ਘੁਆਉਂਦੇ ਪੜ੍ਹੋ ਹਿੰਦੁਸਤਾਨ ਦਾ ਇਤਿਹਾਸ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਔਰਤ ਦੀ ਕੀ ਦੁਰਦਸ਼ਾ ਸੀ ਇਹ ਉੱਥੋਂ ਚੱਲਦਾ ਆ ਰਿਹਾ ਇਹ ਮੇਰੀ ਸੱਸ ਹੈ ਇਹ ਮੇਰਾ ਸਹੁਰਾ ਹੈ ਇਹ ਮੇਰਾ ਸਾਲਾ ਹੈ ਇਹ ਮੇਰੀ ਸਾਲੀ ਹੈ ਇਹ ਮੇਰਾ ਸਾਂਢੂ ਹੈ ਇਹ ਮੇਰਾ ਬੰਡੂ ਹੈ ਫਲਾਨਾ ਹੈ ਚਾਚਾ ਹੈ ਤਮਕਾ ਕਿਹਨੇ ਬਣਾਇਆ ਸਾਡੇ ਵੱਡ ਵਡੇਰਿਆਂ ਨੇ ਕੀ ਸਿਖਾਇਆ ਕਿ ਜਿਹੜੀ ਸਾਲੀ ਅੱਧੀ ਘਰ ਵਾਲੀ ਫਿੱਟੇ ਮੂੰਹ ਇਹੋ ਜਿਹੀ ਜ਼ਿੰਦਗੀ ਦੇ ਜਿਸ ਘਰ ਦੀ ਔਰਤ ਨਾਲ ਵਿਆਹ ਕਰੀਏ ਉਹਦੀਆਂ ਕੁੜੀਆਂ ਉਹ ਤੁਹਾਡੀਆਂ ਬੇਟੀਆਂ ਉਹਨਾਂ ਦੇ ਬੱਚੇ ਤੁਹਾਡੇ ਬੱਚੇ ਉਹਦੀ ਮਾਂ ਤੁਹਾਡੀ ਮਾਂ ਉਹਦਾ ਪਿਓ ਉਹਦਾ ਪਿਓ ਮੇਰਾ ਸਹੁਰਾ ਮੇਰੀ ਸੱਸ ਇਹ ਕਿਹਦਾ ਦਿੱਤਾ ਗਿਆ ਪੰਡਿਤ ਦੌਲਤ ਰਾਏ ਲਾਲਾ ਦੌਲਤ ਰਾਏ ਦੀ ਕਿਤਾਬ ਹੈ ਤਿੰਨ ਕਿਤਾਬਾਂ ਲਿਖੀਆਂ ਨੇ ਹਿੰਦੁਸਤਾਨ ਦਾ ਹਾਲ ਲਿਖਿਆ ਪੜ੍ਹਨਾ ਕਦੇ ਲਾਲਾ ਦੌਲਤ ਰਾਏ ਮੈਂ ਦੁਬਾਰਾ ਕਹਿ ਰਿਹਾ ਸੀ ਸਭ ਨੂੰ ਸੁਣ ਕੇ ਤੁਹਾਨੂੰ ਪਤਾ ਲੱਗੂਗਾ ਕਿ ਜ਼ਲੀਲਤਾ ਦੀ ਹੱਦ ਕਿੰਨੀ ਸੀ ਉਸ ਵੇਲੇ ਅੱਜ ਵੀ ਚੱਲਦੀ ਆ ਰਹੀ ਨਾਓ ਮੈਂ ਕਹਿੰਦਾ ਤੁਹਾਡੀ ਵਾਈਫ ਆਰ ਯੂ ਮੈਰਿਡ ਨਹੀਂ ਜਿੱਧਰੋਂ ਤੇਰੀ ਵਾਈਫ ਆਵੇ ਉਹਦੇ ਪੈਰੀ ਹੱਥ ਲਾਈ ਕਿ ਤੂੰ ਲਕਸ਼ਮੀ ਹੈ ਤੂੰ ਮਾਤਾ ਹੈ ਤੂੰ ਜਨਨੀ ਹੈ ਵੱਡੀ ਮਾਂ ਬਰਾਬਰ ਦੀ ਭੈਣ ਅਤੇ ਛੋਟੀ ਧੀ ਤਾਂ ਤੂੰ ਮੇਰੀ ਵਾਈਫ ਹੈ ਚੌਥੇ ਦਰਜਾ ਤੈਨੂੰ ਦੇਤਾ ਤੂੰ ਮੇਰੇ ਨਾਲ ਸੌਣਾ ਵੀ ਹੈ ਮੇਰੇ ਬੱਚੇ ਵੀ ਜੰਮਣੇ ਮੈਨੂੰ ਰੋਟੀ ਵੀ ਦੇਣੀ ਹੈ ਰੋਜ਼ ਪੈਰੀ ਹੱਥ ਲਾ ਕੇ ਜਾਈ ਥੈਂਕ ਯੂ ਆਸ਼ੀਰਵਾਦ ਦੇ ਜਿੱਦਾਂ ਮੇਰੀ ਮਾਂ ਕਰਦੀ ਸੀ ਮੇਰੇ ਫਾਦਰ ਕਰਦੀ ਸੀ ਉਹਦੀ ਮਾਂ ਨਾਲ ਤੇਰਾ ਜੀਵਨ ਜ਼ਿੰਦਗੀ ਸੁਨਹਿਰੇ ਅਕਸ਼ਰਾਂ ਨੂੰ ਲਿਖਿਆ ਜਾਊਗਾ ਇਸ ਬ੍ਰਹਿਮੰਡ 'ਤੇ ਇਸ ਧਰਤੀ 'ਤੇ ਲੋਕਾਂ ਦੇ ਵਿੱਚ ਰਜਨੀ ਫਿਲਮ ਦੇ ਵਿੱਚ ਰਜਨੀ ਬਿਟੀਆਂ ਨੇ ਬਾਪ ਦੇ ਕਹਿਣ 'ਤੇ ਦੋਨੋਂ ਸਵਾਲਾਂ ਜਵਾਬ ਹੁਣ ਮੈਂ ਦਿੰਦਾ ਧਿਆਨ ਨਾਲ ਸੁਣੀ ਉਹਨੇ ਪਿੰਗਲੇ ਨਾਲ ਵਿਆਹ ਤੀ ਪਿਓ ਨੇ ਕੀ ਉਹਨੇ ਕਿਹਾ ਪਿਤਾ ਜੀ ਸ਼ਿਵ ਸਾਹਿਬ ਜੀ ਵਾਹਿਗੁਰੂ ਜੋ ਤੂੰ ਦੱਸ ਦਿੱਤੀ ਉਸ ਪਿੰਗਲੇ ਨੇ ਫੇਰੇ ਲਏ ਆਪਣਾ ਪਤੀ ਬਣਾਇਆ ਉਹਦੀ ਸੇਵਾ ਕੀਤੀ ਦਰ ਦਰ ਦੀਆਂ ਰੋਟੀਆਂ ਮੰਗੀਆਂ ਖਵਾਈਆਂ ਉਹਨੂੰ ਭੁੱਖਾ ਨਹੀਂ ਜਵਾਬ ਦਿੱਤਾ ਉਹਦੇ ਪੈਰ ਘੁੱਟੇ ਸਿਰ ਘੁੱਟੇ ਬੁੱਕਰ 'ਚ ਸਿਰ ਰੱਖਿਆ ਵਿਸ਼ਵਾਸ ਕਿੱਥੇ ਸੀ
ਖੁਦਾ ਦੇ ਸੱਚੀ ਕਹਾਣੀ ਹੈ ਨਾ। ਅਲਟੀਮੇਟ ਕੀ ਹੋਇਆ, ਬੇਰੀ ਗੁਰੂ ਹਰਿਮੰਦਰ ਸਾਹਿਬ ਕੀ ਦੇਖਿਆ, ਕਾਲੇ ਕਾਂ ਜਾ ਰਹੇ, ਚਿੱਟੇ ਕਾਂ ਨਿਕਲ ਰਹੇ। ਉਹ ਰੋਟੀ ਮੰਗਣ ਚਲੀ ਗਈ, ਉਹਦਾ ਘਰ ਵਾਲਾ ਦੇਖ ਰਿਹਾ, ਉਹਨੇ ਇੱਕ ਟਣ ਨੂੰ ਹੱਥ ਪਾ ਲਿਆ, ਡੁਬਕੀ ਮਾਰਤੀ, ਨਵਾਂ ਨਕੋਰ ਬਣ ਗਿਆ ਅਤੇ ਇੰਨਾ ਹੱਥ ਤਾਂ ਰੱਖ ਲਿਆ ਕਿਤੇ ਮੇਰੀ ਘਰ ਵਾਲੀ ਨੂੰ ਪਛਾਣ ਨਾ ਸਕੇ। ਉਸ ਔਰਤ ਦਾ ਕਿੱਡਾ ਵੱਡਾ ਸਿਦਕ ਹੈ, ਤੁਸੀਂ ਆਪਦੀ ਭੈਣ ਕੁੜੀ ਨਾਲ ਵਿਆਹ ਦਿਓਗੇ, ਤੁਸੀਂ ਆਪਦੀ ਧੀ ਵਿਆਹ ਦਿਓਗੇ, ਜੇ ਵਿਆਹ ਦਿਓਗੇ ਤਾਂ ਪਹਿਲੀ ਗੱਲ ਤੇਰੇ ਛਿੱਤਰ ਫੇਰੂਗੀ ਤੇਰੀ ਕੁੜੀ, ਅਤੇ ਤੇਰੀ ਭੈਣ ਕਿ ਮੈਂ ਮੈਨੂੰ ਤੂੰ ਕੁੜੀ ਨਾਲ ਵਿਆਹਣੀ। ਲੇਕਿਨ ਨਹੀਂ, ਅੱਡੇ ਵੱਡੇ ਰਾਜੇ ਦੀ ਕੁੜੀ, ਉਹਦਾ ਵਿਸ਼ਵਾਸ ਕੈਸਾ, ਕਿੱਡਾ ਖੂਬਸੂਰਤ ਨਿਕਲ ਕੇ ਆਇਆ, ਅਤੇ ਅਧਰੰਗ ਹੋਏ ਬਾਪ ਨੂੰ, ਪਾਣੀ ਉੱਥੋਂ ਲਿਆਂਦਾ ਅੰਮ੍ਰਿਤ, ਅਤੇ ਉਹਨੂੰ ਅਧਰੰਗ ਹੋਇਆ, ਉਹਦੇ ਮੂੰਹ 'ਚ ਪਾਣੀ ਪਾਇਆ ਅਤੇ ਰੋ ਪਿਆ, ਕਹਿੰਦਾ ਮੈਨੂੰ ਧੀਏ ਮਾਫ਼ ਕਰ ਦਿਓ। ਕਹਿੰਦੀ ਪਿਤਾ ਜੀ ਨਾ ਇੱਦਾਂ ਨਾ ਕਰੋ। ਇਹ ਸੰਸਕਾਰ ਕਿੱਥੋਂ ਮਿਲੇ? ਜਿਹੜਾ ਬੰਦਾ ਪਰਮਾਤਮਾ ਦਾ ਵਿਸ਼ਵਾਸ ਨਹੀਂ ਰੱਖਦਾ, ਆਪਣੇ ਆਪਣੇ ਧਰਮ ਦੇ ਹਿਸਾਬ ਨਾਲ ਆਪਣੇ ਇਸ਼ਟ ਨੂੰ ਨਹੀਂ ਪੂਜਦਾ, ਉਹਦਾ ਡਰ ਨਹੀਂ ਰੱਖਦਾ, ਖੌਫ ਨਹੀਂ ਰੱਖਦਾ ਰੱਬ ਦਾ, ਉਹ ਹਮੇਸ਼ਾ ਗਲਤ ਰਸਤੇ 'ਤੇ ਚੱਲੇਗਾ, ਗਲਤ ਰਸਤੇ ਬਣਾਉਣਗੇ। ਦੁੱਖ ਦੀ ਗੱਲ ਇਹ ਹੈ ਕਿ ਇਨਸਾਨ ਇਸ ਧਰਤੀ 'ਤੇ ਆ ਕੇ ਖੁਦਾ ਬਣ ਬੈਠੇ ਹੈ, ਮੈਂ ਹੂੰ, ਹਮ ਹੈ। ਰੀਸੈਂਟਲੀ ਤੁਹਾਡੇ ਇੱਕ ਬੰਦੇ ਨੇ, ਬਹੁਤ ਵੱਡੇ ਬੰਦੇ ਨੇ ਗੱਲ ਕਹੀ ਕਿ ਮੁੰਜੇ ਤੋਂ ਐਸਾ ਅਹਿਸਾਸ ਹੋਇਆ ਹੈ ਕਿ ਜ਼ਿੰਦਗੀ ਮੈਂ ਮੇਰਾ ਤਾਂ ਜਨਮ ਹੀ ਨਹੀਂ ਹੋਇਆ, ਮੈਂ ਤਾਂ ਆਏ ਉੱਪਰ ਸੇ ਖੁਦਾ ਕੇ ਸਾਥ ਮੇਰੀ ਪੂਰੀ ਬਾਤ ਹੈ। ਪਾਰਲੀਮੈਂਟ 'ਚ ਬੜਾ ਬੋਲਿਆ ਰਾਹੁਲ ਗਾਂਧੀ, ਸੁਣਿਆ ਸੀ? ਇਹਨੂੰ ਕਹਿੰਦੇ ਹੰਕਾਰ ਦਾ। ਇਸ ਕਰਕੇ ਜਿਹੜਾ ਤੁਸੀਂ ਸਵਾਲ ਪੁੱਛਿਆ ਉਹ ਇਹ ਹੈ ਕਿ ਉਹ ਰਾਜਾ ਗਲਤ ਨਹੀਂ ਸੀ, ਬੜਾ ਤਪੱਸਵੀ ਸੀ, ਬੜਾ ਰੱਬ ਨੂੰ ਮੰਨਣ ਵਾਲਾ ਸੀ, 6 ਕੁੜੀਆਂ ਸੀ, ਉਹਨੇ ਦੂਜੀ ਮੰਗ ਨਹੀਂ ਮੰਗੀ। ਲੇਕਿਨ ਜਿਹੜੇ ਕੁਰਸੀਆਂ 'ਤੇ ਬੈਠੇ ਰਾਜੇ ਨੇ ਮਰਦੇ ਪਤਾ ਕਾਹਦੇ ਨੇ? ਦਦ ਜਾਂ ਚੁਗਲਖੋਰ ਆ ਕੇ ਕਹਿੰਦਾ, ਮਹਾਰਾਜ ਆਪ ਤੁਸੀਂ ਕੁਛ ਵਿਆਹ ਹੋਰ ਕਰ ਲਓ, ਇਹਦੀ ਤਾਂ ਕੁੱਖ ਮਾੜੀ ਹੈ, ਮੁੰਡਾ ਹੋ ਜੂ। ਉਹ ਆ ਰਾਜੇ ਨੇ ਸੁਣ ਲਈ, ਇਹ ਗੱਲ ਤਾਂ ਕੋਈ ਗੱਲ ਨਹੀਂ, ਕੁੜੀ ਲੈ ਆਉਂਦੀ, ਆ ਗਈ, ਪ੍ਰੈਗਨੈਂਟ ਹੋ ਗਈ, ਵਾਈਫ 40 ਸਾਲ ਛੋਟੀ, ਚਲੋ ਦੈਟ ਡਜ਼ਨਟ ਮੈਟਰ। ਦੇ ਹਵਨ ਕਰਾ, ਦੇ ਗਰੀਬਾਂ ਨੂੰ ਵੰਡ, ਦੇ ਰੱਬ ਨੂੰ ਪਜਾ, ਬਾਹਰ ਦੁਨੀਆਂ ਦੇ ਭੰਡਾਰੇ ਸਭ ਖੋਲ੍ਹਤੇ, ਰੱਬਾ ਮੈਨੂੰ ਇੱਕ ਮੁੰਡਾ ਦੇ ਦੇ, ਇੱਕ ਵਾਰਸ ਦੇ ਦੇ, ਵਾਰਸ ਦੇ ਦੇ, ਵਾਰਸ ਦੇ ਦੇ। ਹੈਂ, ਕਿੰਨਾ ਕੁਛ ਕਰਨ ਤੋਂ ਬਾਅਦ ਘਰੇ ਕੀ ਹੋਈ? ਸੱਤਵੀਂ ਧੀ। ਹੁਣ ਕੀ ਹੋਇਆ ਵੀ ਮੈਂ ਇੰਨੀ ਰੱਬ ਦੀ ਸੇਵਾ ਕੀਤੀ, ਇੰਨੇ ਮੈਂ ਹਵਨ ਕੀਤੇ, ਇੰਨੇ ਪੰਡਿਤ ਬ੍ਰਾਹਮਣ ਰੋਟੀ ਖਵਾਈ, ਉਸ ਤੋਂ ਬਾਅਦ ਤੇ ਰੱਬ ਨੇ ਮੇਰੀ ਸੁਣੀ ਨਹੀਂ, ਕੋਈ ਰੱਬ ਨਹੀਂ ਕਹਿੰਦਾ। ਉਸ ਤੋਂ ਬਾਅਦ ਰੱਬ ਦੇ ਖਿਲਾਫ ਹੋ ਗਿਆ, ਉਸ ਰੱਬ ਦੀ ਜਿੱਦ ਆਪਣੀ ਧੀ 'ਤੇ ਕੱਢੀ, ਨਫ਼ਰਤ ਨਹੀਂ ਕੀਤੀ। ਪਰ ਰੌਲਾ ਰਜਨੀ ਨਾਲ ਇਸ ਕਰਕੇ ਹੈ ਕਿ ਰੱਬ ਤੂੰ ਨਹੀਂ ਮੇਰੀ ਮੰਨੀ, ਹੁਣ ਤੇਰੀ ਜੰਮੀ ਦਾ ਹਾਲ ਦੇਖੀ ਮੈਂ ਕੀ ਕਰਦਾ। ਗੱਲ ਆ ਹੈ ਸਾਰੀ ਸਟੋਰੀ 'ਚ ਗੱਲ ਹੈ ਜਿਹੜੀ ਕਿਸੇ ਨੇ ਨਹੀਂ ਅੱਜ ਤੱਕ ਵਿਆਖਿਆ ਕੀਤੀ। ਦੀ ਪ੍ਰੋਬਲਮ ਵਿਦ ਹਿਮ ਇਜ਼ ਵਿਦ ਗੋਡ। ਔਰ ਉਹ ਰੱਬ ਨੂੰ ਦੱਸਣਾ ਚਾਹੁੰਦਾ ਹੈ ਕਿ ਤੂੰ ਭੇਜੀ ਸੀ, ਤੂੰ ਦੇਖ ਸੀ ਮੇਰਾ ਹਾਲ ਕੀ ਕਰਦਾ, ਅਤੇ ਰੱਬ ਨੇ ਕਿਹਾ ਤੂੰ ਦੇਖੀ ਮੈਂ ਇਹਦਾ ਕੀ ਹਾਲ ਕਰਦਾ। ਦਿਸ ਇਜ਼ ਦ ਸਟੋਰੀ ਐਂਡ ਦਿਸ ਇਜ਼ ਦ ਸਟੋਰੀ ਆਫ ਦਿਸ ਸੋਸਾਇਟੀ। ਤੁਸੀਂ ਕਦੇ ਜਾਂਦੀ ਹੋਈ ਔਰਤ ਨੂੰ ਕਿਹਾ, ਮਾਤਾ ਭੈਣ ਧੀ ਨਹੀਂ ਲੈਣੀ, ਅੱਖ ਟੇਢੀ ਜਾਂਦੀ ਹੈ ਜਿੰਨਾ ਨਹੀਂ ਵੱਲ ਦੇਖਦੇ ਹਾਂ, ਇਹ ਤਾਂ ਕਿਰਦਾਰ ਬਣ ਗਿਆ ਕਾਕਾ ਜੀ। ਇਸੇ ਕਰਕੇ ਕਲੀਓ ਭੁਗਤ ਰਿਹਾ, ਵੱਡੀ ਮਾਂ ਬਰਾਬਰ ਦੀ ਭੈਣ ਅਤੇ ਛੋਟੀ ਧੀ ਸੀ। ਅੱਜ ਹਰ ਔਰਤ ਤੁਹਾਨੂੰ ਐਂ ਲੱਗਦਾ ਕਿ ਨਹੀਂ ਭਾਈ, ਸ਼ੀ ਇਜ਼ ਮੈਂਟ ਫੋਰ ਮੀ।
ਇੱਕ ਬਿਸਤਰ ਦੀ ਕਹਾਣੀ ਰਹਿ ਗਈ ਹੈ, ਦੈਟਸ ਇਟ, ਔਰ ਕੁਛ ਵੀ ਨਹੀਂ। ਲਾਣਤ ਹੈ ਇਹੋ ਜਿਹੀ ਸੁਸਾਇਟੀ 'ਤੇ, ਲਾਣਤ ਇਹੋ ਜਿਹੇ ਲੋਕਾਂ 'ਤੇ, ਔਰ ਇਸ ਤੋਂ ਵੱਧ ਕੇ ਇਹ ਜਿਹੜੇ ਅੰਗਰੇਜ਼ ਲੋਕ ਨੇ, ਯੂਰਪੀਅਨਸ ਨੇ, ਇਹ ਕਰਦੇ ਨੇ। ਇਹ ਜੋ ਕੁਛ ਅੰਗਰੇਜ਼ ਸਿਖਾ ਕੇ ਗਏ ਉਹੀ। ਮੈਂ ਜਹਾਜ਼ 'ਚ ਆ ਰਿਹਾ ਸੀ, ਪਹਿਲੀ ਵਾਰੀ ਮੈਂ ਸੁਣਿਆ, ਦੇਖੋ ਤੁਸੀਂ ਦੇਸ਼ ਨੂੰ ਕਿੱਥੇ ਬਣਤਾ, ਹੁਣ ਗੱਲ ਉੱਥੇ ਹੀ ਆ ਰਹੀ ਹੈ। ਉਹ ਕਹਿ ਰਹੀ ਹੈ ਆਪ ਇੰਗਲਿਸ਼ ਮੇਂ ਬਾਤ ਕਰ ਸਕਤੇ ਹੈ ਜਾਂ ਹਿੰਦੀ ਮੇਂ ਬਾਤ ਕਰ ਸਕਤੇ ਹੈ। ਹਾਏ ਹਾਏ, ਮੈਂ ਮੱਥੇ 'ਤੇ ਹੱਥ ਮਾਰਿਆ, ਜਿਹੜੇ ਅੰਗਰੇਜ਼ ਤੁਹਾਨੂੰ ਰਾਜ ਕਰਕੇ ਜੁੱਤੀਆਂ ਮਾਰ ਕੇ ਗਏ, ਉਹਨਾਂ ਦੀ ਗੱਲ ਪਹਿਲਾਂ, ਅਤੇ ਪੰਜਾਬੀ 'ਚ ਗੱਲ ਕਿਉਂ ਨਹੀਂ ਕਰ ਸਕਦੇ, ਤਾਮਿਲ ਮੇਂ ਬਾਤ ਕਿਉਂ ਨਹੀਂ ਕਰ ਸਕਦੇ। ਲੈਂਗੁਏਜ ਤਾਂ ਇੰਨੀਆਂ ਨੇ, ਅਸੀਂ ਵੰਡੀਆਂ ਪਾ ਲਈਆਂ। ਇਸੇ ਤਰ੍ਹਾਂ ਜਿਹੜੇ ਰਾਜੇ ਮਹਾਰਾਜੇ ਸੀ, ਇਹਨਾਂ ਕੋਲ ਉਹੀ ਲੋਕ ਸੀ ਵਿਦਵਾਨ, ਜਿਹੜੇ ਰਾਜ ਭਾਗ ਨੂੰ ਤੋੜਨਾ ਚਾਹੁੰਦੇ ਸੀ, ਕਿਸੇ ਨੇ ਜੋੜਨਾ ਨਹੀਂ ਚਾਹਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ 42 ਸਾਲ ਕਿਸੇ ਔਰਤ ਦਾ ਰੇਪ ਨਹੀਂ ਹੋਇਆ, ਕਿਸੇ ਨੇ ਅੱਖ ਚੱਕ ਨਹੀਂ ਦੇਖੀ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ। ਹਰ ਆਦਮੀ ਇੱਕੋ ਜਿਹਾ ਰਹਿੰਦਾ ਸੀ, ਜਿੱਥੇ ਸਿਰਫ 2% ਸਿੱਖ ਸੀ, 80% ਹਿੰਦੂ ਸੀ, ਬਾਕੀ ਮੁਸਲਮਾਨ ਸੀ, ਜੈਨੀ ਸੀ, ਸਭ ਇਕੁਅਲਿਟੀ ਸੀ। ਜਿੰਨਾ ਸੋਨਾ ਮੰਦਰਾਂ 'ਤੇ ਚੜ੍ਹਦਾ ਸੀ, ਮਸਜਿਦਾਂ ਚੜ੍ਹਦਾ ਸੀ, ਗੁਰਦੁਆਰੇ ਚੜ੍ਹਦੇ, ਉਹ ਬਰਾਬਰ ਦਾ ਚੜ੍ਹਦਾ ਸੀ। ਇਹਨੂੰ ਕਹਿੰਦੇ ਇਨਸਾਨੀ ਰਜਨੀ ਫਿਲਮ ਇਜ਼ ਨੋਟ ਅ ਫਿਲਮ। ਵੰਸ ਅਗੇਨ, ਇਹ ਉਹ ਫਿਲਮ ਹੈ ਜਿੱਥੇ ਦੇਖਣ ਤੋਂ ਬਾਅਦ ਸ਼ਾਇਦ ਤੁਸੀਂ ਸਾਰਿਆਂ ਨੂੰ ਇਹ ਪਤਾ ਲੱਗੂਗਾ ਕਿ ਔਰਤ ਦੀ ਇੱਜ਼ਤ ਕਿੰਨੀ ਹੋਣੀ ਚਾਹੀਦੀ ਹੈ। ਥੈਂਕ ਯੂ ਸੋ ਮਚ ਯੋਗ ਭਾਜੀ, ਤੁਸੀਂ ਇੰਨੀ ਸੋਹਣੀ ਕੋਨਵਰਜੇਸ਼ਨ ਕੀਤੀ, ਐਂਡ ਆਈ ਵਿਸ਼ ਜਿੱਦਾਂ ਦੀ ਪੋਜ਼ਿਟਿਵ ਇਸ਼ੂ ਤੁਸੀਂ ਆਪਣੇ ਸੀਨੇ ਅੰਦਰ ਰੱਖਦੇ ਹੋ ਨਾ, ਇਹ ਬਹੁਤ ਵਧੀਆ ਲੱਗਦੀ ਹੈ। ਮੇਰੇ ਖਿਆਲ ਤੋਂ ਇਕਲੌਤੇ ਤੁਸੀਂ ਸ਼ਾਇਦ ਆਪਣੀ ਇੰਡਸਟਰੀ 'ਚ ਇਨਸਾਨ ਹੋ ਜਿਹੜੇ ਕਿ ਯੂ ਨੋ ਦਿਲ ਤੋਂ ਇੰਨਾ ਸਟਰੋਂਗਲੀ ਬਿਲੀਫ ਰੱਖਦੇ ਹੋ ਰੱਬ 'ਤੇ, ਐਂਡ ਸਟਰੋਂਗਲੀ ਆਵਾਜ਼ ਦੇ ਨਾਲ ਤੁਸੀਂ ਆਪਣਾ ਪੱਖ ਰੱਖਦੇ ਹੋ, ਬੋਲਦੇ ਹੋ, ਇਹ ਹਰ ਵਾਰੀ ਮੁਲਾਕਾਤ ਬੜੀ ਵਧੀਆ ਹੋ ਜਾਂਦੀ ਯੋਗ ਭਾਅ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ।